ਆਦਮੀ ਦੇ ਵਿੱਚ ਈਗੋ ਜ਼ਿਆਦਾ ਹੁੰਦੀ ਹੈ ਤੇ ਔਰਤ ਜਿਹੜੀ ਹੈ ਉਹਦੇ ਵਿੱਚ ਸਮਝੌਤੇ ਦੀ ਬਿਰਤੀ ਜ਼ਿਆਦਾ ਹੁੰਦੀ ਹੈ ਤੁਹਾਨੂੰ ਲੱਗਦਾ ਵੀ ਜ਼ਿੰਦਗੀ ਦਾ ਇੰਨਾ ਵਰਿਆਂ ਦਾ ਸਫ਼ਰ ਆ ਜਿਹੜਾ ਤੁਸੀਂ 278 ਪੇਜਾਂ ਚ ਸਮੇਟਤਾ ਇਹ ਥੋੜੀ ਜਿਹੀ ਕਾਲ ਹੋਈ ਹੈ ਇਹਦੇ ਵਿੱਚ ਸਮੇਟਣ ਨੂੰ ਤਾਂ ਜਿਹੜਾ ਮੈਂ ਇਹਦੇ ਵਿੱਚ ਮਿਸਾਲ ਵੀ ਦਿੱਤੀ ਹੈ ਇੱਕ ਨੇ ਤਾਂ ਇੱਕ ਵਾਕ ਦੇ ਵਿੱਚ ਹੀ ਸਮੇਟ ਦਿੱਤੀ ਸੀ ਹੂੰ ਉਹ 40 ਰੁਪਏ 40 ਸਾਲ 40 ਕਰੋੜ ਇਹ ਉਹਦੀ ਸਫਲ ਜੀਵਨੀ ਸੀ ਤੁਹਾਡੇ ਪਿਤਾ ਜੀ ਸਬਜ਼ੀ ਵੇਚਦੇ ਰਹੇ ਤੁਸੀਂ ਬਹੁਤ ਛੋਟੀ ਉਮਰ ਤੋਂ ਮਜ਼ਦੂਰੀ ਕੀਤੀ ਇੱਕ ਜਗ੍ਹਾ ਵੀ ਮੈਨੂੰ ਪੂਰੀ ਕਿਤਾਬ ਪੜਨ ਤੋਂ ਬਾਅਦ ਨਹੀਂ ਲੱਗਿਆ ਕਿ ਤੁਹਾਨੂੰ ਰੱਬ ਨਾਲ ਦੁਨੀਆ ਨਾਲ ਜਾਂ ਸਮਾਜ ਨਾਲ ਕੋਈ ਸ਼ਿਕਾਇਤ ਆ ਹਨਾ ਪੂਰੀ ਕਿਤਾਬ ਦੇ ਵਿੱਚ ਮੈਨੂੰ ਸ਼ੁਕਰਾਨਾ ਮਿਲਿਆ ਇਸ ਸ਼ੁਕਰਾਨੇ ਵਾਲੀ ਭਾਵਨਾ ਤੁਹਾਡੇ ਅੰਦਰ ਇੰਨੀ ਜ਼ਿਆਦਾ ਕਿਉਂ ਹੈ ਜੋ ਕੁਝ ਕਰਦੇ ਰਹੇ ਉਹਦਾ ਨਤੀਜਾ ਵੀ ਆਉਂਦਾ ਰਿਹਾ ਉਹਦਾ ਨਤੀਜਾ ਆਉਂਦਾ ਰਿਹਾ ਅੱਗੇ ਵਧਦੇ ਰਹੇ ਤੇ ਇਸ ਢੰਗ ਦੇ ਨਾਲ ਜਿਹੜੀ ਹੈ ਜ਼ਿੰਦਗੀ ਬੜੀ ਇੰਜੋਏਬਲ ਰਹੀ ਸ਼ੁਕਰਾਨਾ ਨਾ ਹੋਵੇ ਤਾਂ ਹੋਰ ਕੀ ਹੋਵੇ ਕੇਵਲ ਸਾੜਾ ਕਰਨ ਨਾਲ ਜਾਂ ਈਰਖਾ ਕਰਨ ਨਾਲ ਕਿਸੇ ਨਾਲ ਕੋਈ ਬੰਦਾ ਵਿਕਾਸ ਨਹੀਂ ਕਰਦਾ ਹੁੰਦਾ ਕੰਮ ਕਰੋ ਮੇਰੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਔਰਤਾਂ ਆਈਆਂ ਹੋਰ ਆਈਆਂ ਪ੍ਰੇਮ ਕਾਮਾਂ ਦੇ ਰੂਪ ਵਿੱਚ ਆਈਆਂ ਸਹੇਲੀਆਂ ਦੇ ਰੂਪ ਵਿੱਚ ਆਈਆਂ ਜਾਨੂਆਂ ਦੇ ਰੂਪ ਵਿੱਚ ਆਈਆਂ ਵਿਦਿਆਰਥੀਆਂ ਦੇ ਵਿਦਿਆਰਥਣਾਂ ਦੇ ਰੂਪ ਵਿੱਚ ਆਈਆਂ ਉਹਨਾਂ ਸਾਰਿਆਂ ਦੇ ਨਾਲ ਮੇਰੇ ਬਹੁਤ ਅچھے ਸਬੰਧ ਸਨ ਔਰਤ ਜਦੋਂ ਵੀ ਕਿਸੇ ਪੁਰਸ਼ ਦੇ ਸੰਪਰਕ ਵਿੱਚ ਆਉਂਦੀ ਹੈ ਨਾ ਉਹ ਉਸ ਦਾ ਧਿਆਨ ਰੱਖਣ ਲੱਗ ਪੈਂਦੀ ਹੈ ਮੈਂ ਜਿੰਨੀਆਂ ਵੀ ਇਸਤਰੀਆਂ ਦੇ ਸੰਪਰਕ ਵਿੱਚ ਆਇਆ ਮੈਂ ਇਹ ਕਹਿ ਸਕਦਾ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮੈਂ ਬਧੇਰੇ ਰੋਲ ਅਦਾ ਕੀਤਾ ਕਿ ਮੇਰੇ ਨਾਂ ਕੋਈ ਤੋਹਮਤ ਨਾ ਲੱਗੇ ਮੈਂ ਕਿਸੇ ਔਰਤ ਦੇ ਕਾਰਨ ਬਦਨਾਮ ਨਾ ਹੋਵਾਂ ਇਸ ਕਰਕੇ ਫਿਰ ਮੈਂ ਉਸ ਪੜਾਅ ਤੱਕ ਹੀ ਜਾਂਦਾ ਸੀ ਤੇ ਉਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਵਿਡਰਾ ਕਰ ਲੈਂਦਾ ਸੀ ਸੋ ਕਿਸੇ ਕਿਸੇ ਔਰਤ ਦੇ ਨਾਲ ਸੰਬੰਧ ਬਣਾਉਣ ਦੀ ਮੇਰੀ ਕਦੇ ਇੱਛਾ ਨਹੀਂ ਹੋਈ ਵਿਆਹ ਤੋਂ ਬਾਅਦ ਦੇ ਜੋ ساری ਉਮਰ ਉਹ ਚੜ ਦੀ ਕਲਾ ਵਾਲੀਆਂ ਚੀਜ਼ਾਂ ਲਿਖਦੇ ਰਹੇ ਨੇ ਕੁਦਰਤ ਨਾਲ ਉਹਨਾਂ ਨੂੰ ਕੋਈ ਸ਼ਿਕਾਇਤ ਨਹੀਂ ਰਹੀ ਸਮਾਜ ਨਾਲ ਨਹੀਂ ਪਰ ਇਸ ਵਕਤ ਤੁਸੀਂ ਟੈਨ ਦੀ ਕਲਾ ਚ ਮਹਿਸੂਸ ਹੁੰਨੇ ਨਹੀਂ ਮੇਰੀ ਵਾਈਫ ਜਿਹੜੀ ਹੈ ਬਿਮਾਰ ਹੈ ਮਿਸਾਲ ਦੇ ਤੌਰ ਤੇ ਮੈਂ ਰਿਐਲਿਟੀ ਜਾਣਦਾ ਕਿ ਵਾਪਰੇਗਾ ਮੈਂ ਆਪਣੇ ਬਾਰੇ ਵੀ ਜਾਣਦਾ ਕਿ ਵਾਪਰੇਗਾ ਸੋ ਇਹਨੂੰ ਟੈਂਦੀ ਕਲਾ ਨਹੀਂ ਕਹਿਣਾ ਚਾਹੀਦਾ ਮੈਂ ਇਸ ਗੱਲ ਦੀ ਮਾਫੀ ਮੰਗੂਗਾ ਜੇਕਰ ਮੈਂ ਇਹ ਇਮਪ੍ਰੈਸ਼ਨ ਦਿੱਤਾ ਪਰੰਤੂ ਮੈਂ ਦਮਗਾ ਜੇ ਵੀ ਨਹੀਂ ਮਾਰਨਾ ਚਾਹੁੰਦਾ ਉਹੀ ਗੁਰੂ ਗੋਬਿੰਦ ਸਿੰਘ ਜਿਹੜਾ ਦੇਸ਼ ਵਾਬਰ ਮਹਿਆ ਸ਼ੁਭ ਕਰਮਨ ਤੇ ਕਾ ਭੋਨਾ ਡਰੂ ਤੇ ਉਹੀ ਗੁਰੂ ਗੋਬਿੰਦ ਸਿੰਘ ਜਿਹੜਾ ਹੈ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਉਹ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਇਹ ਟੈਂਦੀ ਕਲਾ ਨਹੀਂ ਹੈ ਇਹ ਮਨ ਦੀ ਅਵਸਥਾ ਹੈ ਬਿਲਕੁਲ ਗੁਰੂ ਗੋਬਿੰਦ ਸਿੰਘ ਦੇ ਮਨ ਦੀ ਅਵਸਥਾ ਹੈ ਸਤਿ ਸ਼੍ਰੀ ਅਕਾਲ ਪੀ ਸੋਸ਼ਲ ਵੇਖ ਰਹੇ ਹੋ ਤੁਸੀਂ ਮੈਂ ਰਪਿੰਦਰ ਸੰਧੂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਹਿਤਿਕ ਪ੍ਰੋਗਰਾਮ ਦਸਤਕ 'ਚ ਅੱਜ ਸਾਡੇ ਨਾਲ ਬੇਹਦ ਖਾਸ ਮਹਿਮਾਨ ਨਰਿੰਦਰ ਸਿੰਘ ਪੂਰਨੇ ਜਿਹੜੇ ਕਿ ਵਾਰਤਕ ਲਿਖਦੇ ਨੇ ਬਹੁਤ ਸਾਰੀਆਂ ਕਿਤਾਬਾਂ ਤੁਸੀਂ ਉਹਨਾਂ ਦੀਆਂ ਲਿਖੀਆਂ ਹੋਈਆਂ ਪੜ ਚੁੱਕੇ ਹੋ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਜੇ ਨਾਂ ਲੈਣਾ ਚਾਹਾਂ ਤਾਂ ਮਾਲਾ ਮੰਣ ਕੇ ਕਿਤਾਬ ਆ ਜਿਹੜੀ ਮੈਨੂੰ ਲੱਗਦਾ ਪੰਜਾਬੀ ਦਾ ਸ਼ਾਇਦ ਕੋਈ ਹੀ ਪਾਠਕ ਹੋਵੇ ਜਿਨ੍ਹਾਂ ਨੇ ਨਾ ਪੜੀ ਹੋਵੇ ਇਸ ਚੈਨਲ ਦੇ ਉੱਪਰ ਪਹਿਲਾਂ ਵੀ ਤੁਸੀਂ ਇੱਕ ਬਹੁਤ ਖਾਸ ਮੁਲਾਕਾਤ ਉਹਨਾਂ ਨਾਲ ਸਾਡੀ ਵੇਖ ਚੁੱਕੇ ਹੋ ਪਰ ਅੱਜ ਦਾ ਜਿਹੜਾ ਖਾਸ ਮਕਸਦ ਹੈ ਉਹ ਉਹਨਾਂ ਦੀ ਹੁਣੇ ਆਈ ਕਿਤਾਬ ਤੁਪਾਂ ਸ਼ਾਵਾਂ ਜਿਹੜੀ ਕਿ ਉਹਨਾਂ ਦੀ ਸਵੈ ਜੀਵਨੀ ਆ ਉਹਦੇ ਕਰਕੇ ਸਾਡਾ ਉਹਨਾਂ ਨਾਲ ਮੁਲਾਕਾਤ ਕਰਨ ਦਾ ਸੁਭਬ ਬਣਿਆ ਜਿਹੜੇ ਪਾਠਕ ਜਾਂ ਜਿਹੜੇ ਸਾਡੇ ਦਰਸ਼ਕ ਪਹਿਲੀ ਵਾਰ ਉਹਨਾਂ ਨੂੰ ਦੇਖ ਰਹੇ ਨੇ ਅੱਜ ਉਹਨਾਂ ਨੂੰ ਮੈਂ ਦੱਸਣਾ ਚਾਹਾਂਗੀ ਕਿ 1947 ਦਾ ਜਦੋਂ ਵਟਵਾਰਾ ਹੋਇਆ ਸੀ ਉਸ ਵਕਤ ਨਰਿੰਦਰ ਸਿੰਘ ਕਪੂਰ ਹੁਣੇ ਢਾਈ ਕੋ ਵਰਿਆਂ ਦੇ ਸੀ ਤੇ ਉਹਨਾਂ ਦਾ ਪਰਿਵਾਰ ਆ ਜਿਹੜਾ ਉਹ ਪਾਕਿਸਤਾਨ ਤੋਂ ਉੱਜੜ ਕੇ ਪਟਿਆਲਾ ਸ਼ਹਿਰ ਇੱਥੇ ਆਣ ਕੇ ਵਸਿਆ ਸੀ ਉਸ ਤੋਂ ਬਾਅਦ ਪਰਿਵਾਰ ਦੀਆਂ ਜਿਹੜੀਆਂ ਆਰਥਿਕ ਸਮੱਸਿਆਵਾਂ ਕਰਕੇ ਬਚਪਨ ਤੋਂ ਹੀ ਉਹਨਾਂ ਨੇ ਬਹੁਤ ਸਾਰੇ ਅਜਿਹੇ ਕਾਰਜ ਕੀਤੇ ਜਿਹੜੇ ਕਿ ਤੁਹਾਨੂੰ ਇਸ ਸਵੈਜੀਵਨੀ 'ਚ ਪੜਨ ਨੂੰ ਮਿਲਣਗੇ ਜਿਨ੍ਹਾਂ ਦੇ ਵਿੱਚ ਇੱਕ ਡਾਕਟਰ ਦੀ ਦੁਕਾਨ ਤੇ ਕੰਪਾਊਡਰੀ ਤੋਂ ਲੈ ਕੇ ਅਖਬਾਰ ਦੇ ਇੱਕ ਦਫ਼ਤਰ 'ਚ ਤੇ ਉਸ ਤੋਂ ਬਾਅਦ ਉਨ੍ਹਾਂ ਦੀ ਮਿਹਨਤ ਤੇ ਸਿੱਦਤ ਕਰਕੇ ਉਹਨਾਂ ਦਾ ਸਫ਼ਰ ਉਹਨਾਂ ਨੂੰ ਯੂਨੀਵਰਸਿਟੀ ਦੀ ਲੈਕਚਰਾਰਸ਼ਿਪ ਤੱਕ ਲੈ ਗਿਆ 40 ਬਰੇ ਉਹਨਾਂ ਨੇ ਯੂਨੀਵਰਸਿਟੀ 'ਚ ਪੜਾਇਆ ਤੇ ਅੱਜ ਉਹ ਤੁਹਾਡੇ ਸਾਰਿਆਂ ਦੇ ਬੇਹਦ ਮਕਬੂਲ ਲੇਖਕ ਨੇ ਤੇ ਇਹ ਖਾਸ ਸਵੈ ਜੀਵਨੀ ਧੁੱਪਾਂ ਛਾਵਾਂ ਉਹਨਾਂ ਦੀ ਜਿਹੜੀ ਆਈ ਹੈ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਪੜਨਗੇ ਲੋਗਕੀਤ ਪ੍ਰਕਾਸ਼ਨ ਵੱਲੋਂ ਛਾਪੀ ਗਈ ਹੈ ਤੇ 300 ਰੁਪਏ ਦੀ ਇਹਦੀ ਕੀਮਤ ਹੈ ਕਿਤਾਬ ਦੀ ਆਪਣੀ ਜ਼ਿੰਦਗੀ ਦਾ ਪੂਰਾ ਸਫ਼ਰ ਉਹਨਾਂ ਨੇ ਇਸ ਕਿਤਾਬ ਦੇ ਵਿੱਚ ਲਿਖਿਆ ਪਰ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਇਸ ਕਿਤਾਬ ਬਾਰੇ ਵੀ ਤੇ ਉਹਨਾਂ ਦੀ ਜ਼ਿੰਦਗੀ ਬਾਰੇ ਵੀ ਉਹ ਬਹੁਤ ਸਾਰੀਆਂ ਅਹਿਮ ਗੱਲਾਂ ਜੋ ਸ਼ਾਇਦ ਪਹਿਲਾਂ ਤੁਹਾਨੂੰ ਸੁਣਨ ਨੂੰ ਨਾ ਮਿਲੀਆਂ ਹੋਣ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਧੰਨ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿਉਂਕਿ ਮੇਰੀ ਤੀਜੀ ਮੁਲਾਕਾਤ ਹੈ ਤੁਹਾਡੇ ਨਾਲ ਹਨਾ ਹੁੰਦੀ ਆ ਰਹਿਣਗੇ ਬਿਲਕੁਲ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਕਿ ਤੁਹਾਡੀ ਸਵਹਿ ਜੀਵਨੀ ਆ ਜਿਹੜੀ ਹਨਾ ਬਹੁਤ ਸਾਰੇ ਲੋਕ ਇਹਨੂੰ ਪੜ ਚੁੱਕੇ ਨੇ ਮਿਹਰਬਾਨ ਮੈਨੂੰ ਲੱਗਦਾ ਮੁਬਾਰਕਾਂ ਸਾਡੇ ਲਈ ਵੀ ਨੇ ਕਿ ਸਾਨੂੰ ਇਹ ਕਿਤਾਬ ਪੜਨ ਨੂੰ ਮਿਲੀ ਧੁੱਪਾਂ ਛਾਵਾਂ ਇਹਦਾ ਨਾਂ ਜਿਹੜਾ ਤੁਸੀਂ ਕਿਵੇਂ ਸੋਚਿਆ ਇਹ ਕਿਉਂਕਿ ਦੁੱਖ ਸੁੱਖ ਜਿਹੜਾ ਸੀ ਸਿਚੁਏਸ਼ਨ ਕੋਈ ਵੀ ਇੱਕ ਜਿਹੜੀ ਹੈ ਨਾ ਉਹ ਲਗਾਤਾਰ ਨਹੀਂ ਰਹਿੰਦੀ ਕੁਦਰਤ ਕਿਸੇ ਵੀ ਇੱਕ ਸਥਿਤੀ ਨੂੰ ਬਹੁਤਾ ਚਿਰ ਬਰਦਾਸ਼ਤ ਨਹੀਂ ਕਰਦੀ ਉਸ ਨੂੰ ਮੌਸਮ ਦੇ ਵਿੱਚ ਬੰਦੇ ਦੀ ਬਿਰਤੀ ਦੇ ਵਿੱਚ ਉਸ ਦੀ ਸੋਚ ਦੇ ਵਿੱਚ ਤਬਦੀਲੀ ਜਿਹੜੀ ਆਉਂਦੀ ਹੈ ਸੋ ਨੌ ਤਾਂ ਕਈ ਸੋਚੇ ਤੇ 12 ਦਰ ਵੀ ਨੌ ਸੋਚਿਆ ਵੀ ਜਿਹੜੇ 12 ਦਰਵਾਜ਼ੇ ਹੋਣ ਕਈ ਫਿਰ ਅਖੀਰ ਤੇ ਤੋਂ 5 9 ਜਿਹੜਾ ਸੀ ਮੈਨੂੰ ਚੰਗਾ ਲੱਗਿਆ ਵੀ ਇਹਦੇ ਵਿੱਚ ਦੋਨੋਂ ਕਿਸਮ ਦੀਆਂ ਘਟਨਾਵਾਂ ਜਿਹੜੀਆਂ ਹੈ ਕਿਆਂ ਇਹਦੇ ਵਿੱਚ ਮੁਸ਼ਕਲਾਂ ਵੀ ਹਨ ਤੇ ਪ੍ਰਾਪਤੀਆਂ ਵੀ ਹਨ ਤੇ ਸੰਕਟ ਵੀ ਹਨ ਤੇ ਉਹਨਾਂ ਦੇ ਸਮਾਧਾਨ ਵੀ ਹਨ ਸੋ ਇਸ ਤੰਗ ਦੇ ਨਾਲ ਮੈਨੂੰ ਇਹ ਮੈਂ ਸੰਖੇਪ ਚਾਹੁੰਦਾ ਸੀ ਹੈਡਿੰਗ ਹੋਵੇ ਲੰਮੇ ਹੈਡਿੰਗ ਜਿਹੜੇ ਆ ਉਹ ਕਿਤਾਬਾਂ ਦੇ ਚੱਲਦੇ ਨਹੀਂ ਹੈ ਮੇਰੀਆਂ ਬਹੁਤੀਆਂ ਕਿਤਾਬਾਂ ਦੇ ਜਿਹੜੇ ਸਿਰਲੇਖ ਹਨ ਉਹ ਸੰਖੇਪ ਹਨ ਸੋ ਕਿਤਾਬ ਦੀ ਜਿਹੜੀ ਫਿਤਰਤ ਹੁੰਦੀ ਹੈ ਜਾਂ ਉਸ ਦੀ ਕੁੱਲ ਹਾਲਤ ਹੁੰਦੀ ਉਸ ਨੂੰ ਟਾਈਟਲ ਜਿਹੜਾ ਨਾ ਉਹ ਉਹਦਾ ਪ੍ਰਤੀਨਿਧ ਹੋਣਾ ਚਾਹੀਦਾ ਤਾਂ ਕਿ ਉਹ ਲੇਖਕ ਜਿਹੜਾ ਰੀਡਰ ਹੈ ਉਹ ਕਿਤਾਬ ਨੂੰ ਪੜ੍ਹ ਕੇ ਮਹਿਸੂਸ ਕਰੇ ਕਿ ਇਹਦਾ ਨਾਮ ਠੀਕ ਹੈ ਹਾਂਜੀ ਸੋ ਇਸ ਟੰਗ ਦੇ ਨਾਲ ਇਹ ਨਾਮ ਕਈ ਨਾਮ ਸੋਚੇ ਪਰੰਤੂ ਇਹ ਨਾਮ ਮੈਨੂੰ ਅਖੀਰ ਤੇ ਠੀਕ ਲੱਗਿਆ ਇਸ ਕਿਤਾਬ ਦੀ ਸਮੁੱਚੀ ਜਿਹੜੀ ਕਥਾ ਉਸ ਦੇ ਬੇਸ ਉੱਤੇ ਉਹਦੇ ਆਧਾਰ ਉੱਤੇ ਹਾਂਜੀ ਸਿਰ 278 ਸਫਿਆਂ ਦੀ ਕਿਤਾਬ ਆ ਤੁਹਾਡੇ ਹਨ ਤੇ ਉਸ ਤੋਂ ਬਾਅਦ ਜਿਹੜੇ 10 ਸਫੇ ਨੇ ਉਹ ਪਰਿਵਾਰ ਵੱਲੋਂ ਤੁਹਾਨੂੰ ਸੰਬੋਧਨ ਕੀਤੇ ਗਏ ਨੇ ਜਿਦੇ ਵਿੱਚ ਤੁਹਾਡੇ ਦੋਨਾਂ ਬੇਟਿਆਂ ਬੇਟੀ ਤੇ ਮੈਮ ਵੱਲੋਂ ਕੁਝ ਪੰਨੇ ਲਿਖੇ ਗਏ ਨੇ ਤੁਹਾਨੂੰ ਲੱਗਦਾ ਵੀ ਜ਼ਿੰਦਗੀ ਦਾ ਇੰਨਾ ਵਰਿਆਂ ਦਾ ਸਫ਼ਰ ਆ ਜਿਹੜਾ ਤੁਸੀਂ 278 ਪੇਜਾਂ ਚ ਸਮੇਟਤਾ ਇਹਦੇ ਬਾਰੇ ਸੋਚਿਆ ਸੀ ਹਾਂਜੀ ਜਿਹੜੇ ਫਿਕਸ਼ਨ ਰਾਈਟਰਸ ਹੁੰਦੇ ਆ ਨਾ ਉਹਨਾਂ ਦੀਆਂ ਸਵੈ ਜੀਵਨੀਆਂ ਬਹੁਤ ਲੰਬੀਆਂ ਹੁੰਦੀਆਂ। ਕਈ ਤਾਂ 4-4 ਵਾਲਿਊਮਜ਼ ਵਿੱਚ ਲਿਖਦੇ ਆਂ। ਬੇਸਿਕਲੀ ਉਹ ਆਪਣੀਆਂ ਜ਼ਿੰਦਗੀ ਦੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਉਹਨਾਂ ਦਾ ਗਲਪੀਕਰਨ ਕਰ ਲੱਗ ਪੈਂਦੇ ਆਂ। ਕਰਤਾਰ ਸਿੰਘ ਦੁੱਗਲ ਦੀ ਜਿਹੜੀ ਸਵੈ ਜੀਵਨੀ ਆ ਉਹਦੇ ਵਿੱਚ ਬਹੁਤ ਵੇਰਵੇ ਹਨ ਜਿਹੜੇ ਮਗਰੋਂ ਉਸ ਨੇ ਸੋਚੇ ਹਨ ਮਗਰੋਂ ਜਿਹੜੇ ਹਨ ਐਡ ਕੀਤੇ ਹਨ। ਮੈਂ ਕਹਿੰਦਾ ਸੀ ਕਿ ਕਿਤਾਬ ਜਿਹੜੀ ਆ ਉਹ 300 ਪੰਨਿਆਂ ਦੀ ਹੋਵੇ 300 ਪੰਨਿਆਂ ਦੀ ਹੈਗੀ 8 9 ਪੰਨੇ ਜਿਹੜੇ ਮੁੱਢਲੇ ਹੁੰਦੇ ਆ ਨਾ ਜੇਕਰ ਉਹ ਪਾਲੀਏ ਤਾਂ ਫਿਰ ਇਹ 300 ਪੰਨਿਆਂ ਦੀ ਹੁੰਦੀ ਹੈ ਤੇ ਬਹੁਤੀ ਵੱਡੀ ਕਿਤਾਬ ਜਿਹੜੀ ਆ ਨਾ ਪੜ ਹੀ ਨਹੀਂ ਜਾਂਦੀ ਹਾਂਜੀ ਅੱਜ ਕੱਲ੍ਹ ਲੇਖਾਂ ਦੀ ਕਿਤਾਬ ਜਿਹੜੀ ਆ ਉਹ ਤਕਰੀਬਨ 150 200 ਪੇਜ ਤੱਕ ਜਿਹੜੀ ਆ ਉਹ ਪੜ ਹੀ ਜਾਂਦੀ ਹੈ ਕਵਿਤਾ ਦੀ ਕਿਤਾਬ 100 ਕ ਪੇਜ ਵਾਲੀ ਹੋਵੇ ਤਾਂ ਉਹ ਪੜ ਹੀ ਜਾਂਦੀ ਹੈ ਬਹੁਤੀ ਵੱਡੀ ਕਿਤਾਬ ਹੋਵੇ ਤਾਂ ਉਹ ਪੜਨ ਦੀ ਬਿਰਤੀ ਨਹੀਂ ਹੁੰਦੀ ਹੈ ਪੜੰਦੀ ਯੋਗਤਾ ਵੀ ਨਹੀਂ ਹੁੰਦੀ ਹੈ ਲੋਕਾਂ ਦੇ ਵਿੱਚ ਇਸ ਕਰਕੇ ਸਮੇਟਣ ਨੂੰ ਤਾਂ ਜਿਹੜਾ ਮੈਂ ਇਹਦੇ ਵਿੱਚ ਮਿਸਾਲ ਵੀ ਦਿੱਤੀ ਹੈ ਇੱਕ ਨੇ ਤਾਂ ਇੱਕ ਵਾਕ ਦੇ ਵਿੱਚ ਹੀ ਸਮੇਟ ਦਿੱਤੀ ਸੀ ਹੂੰ ਉਹ 40 ਰੁਪਏ 40 ਸਾਲ 40 ਕਰੋੜ ਇਹ ਉਹਦੀ ਸਫਲ ਜੀਵਨੀ ਸੀ ਹੂੰ ਹੂੰ ਮਤਲਬ ਉਹਨੇ ਇੱਕ ਵਾਕ 'ਚ ਸਮੇਟ ਦਿੱਤੀ ਸੀ ਸੋ ਉਸ ਨੂੰ ਖਿਲਾਰਨਾ ਤੇ ਸਮੇਟਣਾ ਇਹ ਦੋਵੇਂ ਜਿਹੜੇ ਹੈ ਇਹ ਯੋਗਤਾਵਾਂ ਹੁੰਦੀਆਂ ਹੁੰਦੀਆਂ ਹਾਂਜੀ ਹੂੰ ਸੋ ਮੇਰੇ ਮੇਰਾ ਯਤਨ ਸੀ ਕਿ ਇਹਦੇ ਵਿੱਚ ਬਹੁਤ ਲੰਮੀ ਕਹਾਣੀ ਨਹੀਂ ਪਾਉਣੀ ਹੈ ਛੋਟੇ 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 ਜਿਹੜੇ ਐਪੀਸੋਡਸ ਹਨ ਉਹ ਦੇ ਕੇ ਆਪਣੀ ਜ਼ਿੰਦਗੀ ਦੇ ਜਿਹੜੇ ਮੁੱਖ ਘਟਨਾਵਾਂ ਹਨ ਉਹਨਾਂ ਨੂੰ ਮੈਂ ਪੇਸ਼ ਕਰਾਂਗਾ ਬਹੁਤ ਸਾਰੀਆਂ ਰਹਿ ਗਈਆਂ ਹਨ ਵਕਤ ਮਿਲਿਆ ਤਾਂ ਕਦੀ ਫੇਰ ਇਹਨਾਂ ਦੇ ਵਿੱਚ ਐਡੀਸ਼ਨ ਵੀ ਕਰਾਂਗਾ ਜਾਂ ਇੱਕ ਹੋਰ ਵਾਲਿਊਮ ਜਿਹੜਾ ਹੈ ਜੇ ਜ਼ਿੰਦਗੀ ਨੇ ਵਫਾ ਕੀਤੀ ਤਾਂ ਹੋਰ ਲਿਖਾਂਗਾ ਬਹੁਤ ਕੁਝ ਰਹਿ ਜਾਂਦਾ ਹੈ ਬਹੁਤ ਕੁਝ ਰਹਿ ਗਿਆ ਹੈ ਬਹੁਤ سارے ਲੋਕਾਂ ਬਾਰੇ ਜਿਨ੍ਹਾਂ ਬਾਰੇ ਮੈਂ ਲਿਖਣਾ ਚਾਹੁੰਦਾ ਸੀ ਉਸ ਵੇਲੇ ਯਾਦ ਹੀ ਨਹੀਂ ਆਇਆ ਮਾਦ ਵਿੱਚ ਆਇਆ ਸੋ ਇਹ ਸਾਰੀਆਂ ਚੀਜ਼ਾਂ ਨਾਲ-ਨਾਲ ਚਲਦੀਆਂ ਰਹਿੰਦੀਆਂ ਆ ਗਈਆਂ ਸੋ ਇਹ ਨਾ ਸੋਚੋ ਕਿ 300 ਪੇਜ ਦੇ ਵਿੱਚ ਸਮੇਟ ਦਿੱਤੇ ਤੇ ਬਹੁਤੇ ਵੱਡੇ ਵੀ ਜਿਹੜੇ ਸੀਗੇ ਉਹ ਵੀ ਲਿਖਣੀ ਮੈਨੂੰ ਵਾਜਬ ਨਹੀਂ ਲੱਗੀ ਹਾਂ ਇੰਨੇ ਕ ਪੇਜਾਂ ਦੀ ਜਿਹੜੀ ਹੈ ਉਹ ਠੀਕ ਸੀ ਮੈਂ ਪਬਲਿਸ਼ਰ ਨੂੰ ਵੀ ਸ਼ੁਰੂ ਵਿੱਚ ਕਹਿ ਦਿੱਤਾ ਸੀ ਗੱਲ ਭਈ ਮੈਂ 300 ਪੇਜ ਦੀ ਲਿਖਾਂਗੇ ਹੈ ਕਿ ਹਾਂਜੀ ਤੇ ਪਬਲਿਸ਼ਰ ਦਾ ਜਵਾਬ ਸੀ ਇਹਦਾ ਮਤਲਬ ਇਹ ਪੜੀ ਜਾਏਗੀ ਹਮ ਹੁਣ ਬਹੁਤੇ ਵੱਡੇ ਸਵਾਜੀਵ ਨਹੀਂ ਪੜੇ ਨਹੀਂ ਜਾਂਦੇ ਹਾਂ ਹਾਂਜੀ ਮੈਂ ਸਵਾਜੀਵੀਆਂ ਬਹੁਤ ਸਾਰੀਆਂ ਪੜੀਆਂ ਮੈਂ ਮਹਿਸੂਸ ਕੀਤਾ ਕਿ ਉਹਦੇ ਵਿੱਚ ਜਿਹੜੀਆਂ ਨਾ ਸੰਖੇਪ ਜਿਹੜੀਆਂ ਹੈਗੀਆਂ ਉਹਨਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਪੰਜਾਬੀ ਦੇ ਵਿੱਚ ਤੇਜਾ ਸਿੰਘ ਦੇ ਸਵਾਜੀਵਨੀ ਹੈ ਉਹ ਪੜੀ ਜਾਂਦੀ ਹੈ ਸੰਖੇਪ ਹੈ ਹਾਂਜੀ ਹਮ ਸੋ ਅਰਥ ਜਿਹੜੇ ਹਨ ਉਹ ਸੰਖੇਪ ਵਾਕਾਂ ਵਿੱਚੋਂ ਨਿਕਲਣਾ ਚਾਹੀਦੇ ਹਨ ਉਹ ਮੈਂ ਯਤਨ ਕੀਤਾ ਇਹਦੇ ਵਿੱਚ ਕਿ ਛੋਟੇ-ਛੋਟੇ ਐਪੀਸੋਡ ਦੇ ਨਾਲ ਆਪਣੀ ਜ਼ਿੰਦਗੀ ਦੀਆਂ ਜਿਹੜੀਆਂ ਰਿਪਰੈਜ਼ੈਂਟੇਟਿਵ ਮੁੱਖ ਘਟਨਾਵਾਂ ਹੈਗੀਆਂ ਉਹਨਾਂ ਨੂੰ ਪੇਸ਼ ਕਰਾਂ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀ ਆਪਾਂ ਨੂੰ ਚਾਰ-ਚਾਰ ਸਵੈ ਜੀਵਨੀਆਂ ਵੀ ਪੜਨ ਨੂੰ ਮਿਲਦੀਆਂ ਨੇ ਹਨ ਤਾਂ ਮਤਲਬ ਉਮੀਦ ਕਰ ਸਕਦੇ ਆਂ ਵੀ ਇਹਦਾ ਅਗਲਾ ਭਾਗ ਹੈ ਜਿਹੜਾ ਉਹ ਤੁਸੀਂ ਜ਼ਰੂਰ ਲਿਖੋਗੇ ਨੇ ਅਗਲਾ ਪਾਕ ਹੋਏਗਾ ਪਰੰਤੂ ਇਹ ਨਹੀਂ ਹੋਏਗਾ ਕਿ ਮੈਂ 400 ਜੀਵਨੀਆਂ ਲਿਖਾਂਗਾ ਹਾਂਜੀ 4 ਨਹੀਂ ਹੋਣਗੀਆਂ ਕਦੇ ਵੀ ਇੱਕ ਹੋਰ ਹੋ ਸਕਦੀ ਹੈ ਇਹਦੇ ਵਿੱਚ 40 50 ਪੇਜ ਜਿਹੜਿਆਂ ਨੂੰ ਵਿਦਾਇਤ ਜਾ ਸਕਦੇ ਆ ਜਦੋਂ 40 50 ਪੇਜ ਮੈਂ ਵਧਾਵਾਂਗਾ ਤਾਂ ਇਹਦੇ ਚੋਂ ਤੇ 40 ਪੇਜ ਕੱਟ ਵੀ ਦਿਆਂਗਾ ਹਾਂਜੀ ਸੋ ਵਕਤ ਦੇ ਬੀਤਣ ਦੇ ਨਾਲ ਜਿਹੜਾ ਨਾ ਬੰਦਾ ਜਿਹੜਾ ਹੈ ਆਪਣੀਆਂ ਰਚਨਾਵਾਂ ਦੀ ਐਡੀਟਿੰਗ ਵੀ ਕਰਦਾ ਰਹਿੰਦਾ ਹਾਂਜੀ ਉਸ ਦੀ ਪ੍ਰੂਨਿੰਗ ਵੀ ਕਰਦਾ ਰਹਿੰਦਾ ਹੈ ਉਸ ਦੀ ਕਾਂਟ ਛਾਂਟ ਵੀ ਕਰਦਾ ਰਹਿੰਦਾ ਹੈ ਇਹ ਪ੍ਰੋਸੈਸ ਚੱਲਦਾ ਰਹਿੰਦਾ ਹੈ ਪਰੰਤੂ ਮੈਂ ਇਹ ਵੀ ਸੋਚਣਾ ਕਿ ਦੁਨੀਆ ਦੇ ਕੋਲ ਕੇਵਲ ਮੇਰੀ ਹੀ ਸਵਾ ਜੀਵਨੀ ਨਹੀਂ ਹੈ ਜਿਹੜੀ ਉਹਨਾਂ ਨੇ ਪੜ੍ਹਣੀ ਹੈ ਹੋਰ ਬੜਾ ਕੁਝ ਪੜਨ ਵਾਲਾ ਹੈ ਮੈਂ ਉਹਨਾਂ ਤੇ ਕਬਜ਼ਾ ਨਹੀਂ ਕਰਨਾ ਹੈ ਜੇ ਕੋਈ ਦਿਲਚਸਪ ਗੱਲ ਹੋਏਗੀ ਤਾਂ ਇਹਨੂੰ ਜੋੜਾਂਗਾ ਨਹੀਂ ਤਾਂ ਇਹ ਨਹੀਂ ਵੀ ਬਹੁਤ ਹੈ ਇਹ ਨਾਲ ਵੀ ਮੈਂ ਸੰਤੋਖਨ ਇਹ ਥੋੜੀ ਜੀ ਕਾਲ ਹੋਈ ਹੈ ਇਹਦੇ ਵਿੱਚ ਕਿਉਂਕਿ ਕਰੋਨਾ ਦੇ ਕਾਰਨ ਮੇਰੇ ਕੁਝ ਮਿੱਤਰ ਜਿਹੜੇ ਸੀ ਚਲਾਣਾ ਕਰ ਗਏ ਤੇ ਮੈਨੂੰ ਆਪ ਵੀ ਲੱਗਦਾ ਸੀ ਤੇ ਮੈਂ ਵੀ ਲਪੇਟਿਆ ਜਾਊਂਗਾ ਤੇ ਫਿਰ ਮੇਰੇ ਮਨ 'ਚ ਖਿਆਲ ਆਇਆ ਮੇਰੀ ਵਾਈਫ ਨੇ ਵੀ ਕਿਹਾ ਵੀ ਕੁਝ ਲਿਖਣਾ ਤਾਂ ਉਸ ਵੇਲੇ ਨਿਰਾਸ਼ਤਾ ਸੀ ਟੈਂਡੀ ਕਲਾ ਦੇ ਵਿੱਚ ਬੰਦਾ ਸੀ ਉਸ ਵੇਲੇ ਮੇਰੇ ਮਨ ਚ ਖਿਆਲ ਆਇਆ ਵੀ ਮੈਂ ਆਪਣੀ ਸਵੈਜੀਵਨੀ ਜਿਹੜੀ ਹੈਗੀ ਹੈ ਉਹ ਲਿਖਦੇ ਆਂ ਲਿਖਣ ਪਰੇ ਸੋਚਦਾ ਮੈਂ ਬਹੁਤ ਦੇਰ ਤੋ ਰਿਹਾ ਸੀ ਪਰੰਤੂ ਹੋਰ 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 ਕੰਮ ਜਿਹੜੇ ਸੀ ਆ ਹੀ ਜਾਂਦੇ ਸੀ ਇਸ ਕਰਕੇ ਸਵੈਜੀਵਨੀ ਜਿਹੜੀ ਸੀ ਉਹ ਮੁਲਤਵੀ ਹੋ ਜਾਂਦੀ ਸੀ ਇਹ ਲਾਕਡਾਊਨ ਦੇ ਦੌਰਾਨ ਇਸ ਨੂੰ ਮੈਂ ਕੀਤਾ ਹੈਗਾ ਸੋ ਮੈਂ ਆਪਣੀ ਇਸ ਕੋਸ਼ਿਸ਼ ਦੇ ਨਾਲ ਸੰਤੁਸ਼ਟ ਹਾਂ ਤੋਦੇ ਇਸ ਜਵਾਬ ਤੋਂ ਵੀ ਮੈਂ ਬਹੁਤ ਸਾਰੀਆਂ ਗੱਲਾਂ ਹੋਰ ਕਰਨੀਆਂ ਨੇ ਕਿਉਂਕਿ ਮੈਂ ਪਹਿਲਾਂ ਹੀ ਸੋਚਿਆ ਸੀ ਕਿ ਆਪਾਂ ਪੜਾਦਰ ਪੜਾ ਜਿਹੜੀ ਮੈਂ ਇਹ ਇੰਟਰਵਿਊ 'ਚ ਆਉਣੀ ਆ ਵੀ ਆਪਾਂ ਡਿਟੇਲ ਦੇ ਵਿੱਚ ਹਰ ਚੀਜ਼ ਬਾਰੇ ਗੱਲ ਕਰ ਸਕੀਏ ਪਰ ਵਕਤ ਗਈ ਵਰੀ ਇਹ ਹੁੰਦਾ ਕਿ ਪਿਛਲੇ ਇੰਟਰਵਿਊ 'ਚ ਵੀ ਲੋਕਾਂ ਨੇ ਬਹੁਤ ਸਾਰੇ ਉਸ ਤੋਂ ਬਾਅਦ ਸਵਾਲ ਕੀਤੇ ਕਿ ਤੁਸੀਂ ਇਹ ਵੀ ਗੱਲਾਂ ਉਹਨਾਂ ਨਾਲ ਕਰਨੀਆਂ ਸੀ ਇਹ ਵੀ ਪੁੱਛਣਾ ਸੀ ਹਨਾ ਜਿਹੜਾ ਕਿ ਘੰਟੇ ਦੇ ਵਿੱਚ ਮੈਨੂੰ ਲੱਗਦਾ ਸੰਭਵ ਨਹੀਂ ਹੁੰਦਾ ਕਈ ਵਾਰੀ ਤੇ ਅੱਜ ਮੈਂ ਚਾਹੁੰਦੀ ਆ ਵੀ ਆਪਾਂ ਹਰ ਪੜਾ ਤੇ ਗੱਲ ਕਰੀਏ ਸਭ ਤੋਂ ਪਹਿਲਾਂ ਮੈਂ ਪਾਠਕ ਦੇ ਤੌਰ ਤੇ ਜੋ ਮੈਨੂੰ ਚੀਜ਼ਾਂ ਇਸ ਕਿਤਾਬ ਦੇ ਵਿੱਚ ਚੰਗੀਆਂ ਲੱਗੀਆਂ ਉਹਨਾਂ ਬਾਰੇ ਗੱਲ ਕਰਨਾ ਚਾਹੂੰਗੀ ਪੂਰੀ ਸਵੈ ਜੀਵਨੀ ਪੜਦੇ ਮੈਨੂੰ ਬਿਲਕੁਲ ਨਹੀਂ ਲੱਗਿਆ ਕਿ ਤੁਸੀਂ ਜਿਸ ਕੰਡੀਸ਼ਨ ਦੇ ਵਿੱਚ ਤੁਹਾਡਾ ਪਰਿਵਾਰ ਇੱਥੇ ਆ ਕੇ ਵਸਿਆ ਉਸ ਤੋਂ ਬਾਅਦ ਜੋ ਤੁਹਾਡਾ ਲੰਮਾ ਸਟਰਗਲ ਸੀਗਾ ਤੁਹਾਡੇ ਪਿਤਾ ਜੀ ਸਬਜ਼ੀ ਵੇਚਦੇ ਰਹੇ ਤੁਸੀਂ ਬਹੁਤ ਛੋਟੀ ਉਮਰ ਤੋਂ ਮਜ਼ਦੂਰੀ ਕੀਤੀ ਇੱਕ ਜਗ੍ਹਾ ਵੀ ਮੈਨੂੰ ਪੂਰੀ ਕਿਤਾਬ ਪੜਨ ਤੋਂ ਬਾਅਦ ਨਹੀਂ ਲੱਗਿਆ ਕਿ ਤੁਹਾਨੂੰ ਰੱਬ ਨਾਲ ਦੁਨੀਆ ਨਾਲ ਜਾਂ ਸਮਾਜ ਨਾਲ ਕੋਈ ਸ਼ਿਕਾਇਤ ਆ ਹਨਾ ਪੂਰੀ ਕਿਤਾਬ ਦੇ ਵਿੱਚ ਮੈਨੂੰ ਸ਼ੁਕਰਾਨਾ ਮਿਲਿਆ ਔਰ ਇੱਕ ਲਾਈਨ ਜਿਹੜੀ ਇੱਕ 70 ਪੜ੍ਹ ਕੇ ਮੈਨੂੰ ਬਹੁਤ ਜ਼ਿਆਦਾ ਚੰਗਾ ਮਹਿਸੂਸ ਹੋਇਆ ਕਿ ਮੈਂ ਦੁਨੀਆ ਨੂੰ ਇੰਨਾ ਦਿੱਤਾ ਨਹੀਂ ਜਿੰਨਾ ਉਸ ਦੇ ਬਦਲੇ ਮੈਨੂੰ ਮਿਲਿਆ ਹਨ ਇਸ ਸ਼ੁਕਰਾਨੇ ਵਾਲੀ ਭਾਵਨਾ ਤੁਹਾਡੇ ਅੰਦਰ ਇੰਨੀ ਜ਼ਿਆਦਾ ਕਿਉਂ ਹੈ ਅਸਲੀਅਤ ਐਸੀ ਕਿ ਜਦੋਂ ਕੰਮ ਕਰਦੇ ਸੀ ਨਾ ਛੋਟੇ ਹੁੰਦੇ ਬਹੁਤ ਸਾਰੇ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਸੀ ਹਾਂਜੀ ਤੇ ਖੇਡਾਂ ਵਿੱਚ ਨਾਲ ਚਲਦੀਆਂ ਸੀ ਸ਼ਰਾਰਤਾਂ ਵਿੱਚ ਨਾਲ ਚਲਦੀਆਂ ਸੀ ਪੜਾਈ ਵੀ ਨਾਲ ਚਲਦੀ ਸੀ ਕੰਮ ਜਿਹੜੇ ਸੀ ਔਖੇ ਲੱਗਦੇ ਸੀ ਇਸ ਕਰਕੇ ਪੜਨਾ ਮਨੋਰੰਜਨ ਲੱਗਦਾ ਸੀ ਸਕੂਲ ਜਾਣਾ ਇੱਕ ਤਰ੍ਹਾਂ ਨਾਲ ਉਹ ਸਪੋਰਟਸ ਦਾ ਵਿਭਾਗ ਲੱਗਦਾ ਸੀ ਵੀ ਅਸੀਂ ਉੱਥੇ ਖੇਡਣ ਜਾਂਦੇ ਹੈਗੇ ਹਾਂ ਉੱਥੇ ਮਤਲਬ ਕਿ ਮੇਰੇ ਮਨ ਦੇ ਵਿੱਚ ਜਿਹੜਾ ਨਾ ਮੈਂ ਸੋਚੇ ਰੂਪ ਦੇ ਵਿੱਚ ਜ਼ਿੰਦਗੀ ਨੂੰ ਬਹੁਤ ਇੰਜੋਏ ਕੀਤਾ ਲੋਕ ਕਹਿਣਗੇ ਕਿ ਤੁਸੀਂ ਬੜੇ ਸੰਕਟਾਂ ਵਿੱਚ ਚੱਲੇਗੇ ਨਹੀਂ ਕੋਈ ਸੰਕਟ ਵਿੱਚ ਚੱਲਣ ਲੱਗਿਆ ਹੈਗਾ ਇਹ ਮੌਕੇ ਮਿਲਦੇ ਰਹੇ ਸਭ ਕੁਝ ਬੜੇ ਸੁਭਾਵਕ ਢੰਗ ਦੇ ਨਾਲ ਵਾਪਰਦਾ ਗਿਆ ਮੈਂ ਡਾਕਟਰ ਦੀ ਦੁਕਾਨ ਤੇ ਵੀ ਸੀਗਾ ਉੱਥੇ ਵੀ ਮੈਂ ਬਹੁਤ ਸਾਰੇ ਲੋਕਾਂ ਨੂੰ ਅੱਖ ਤੇ ਅੱਖਾਂ ਵਿੱਚ ਦਵਾਈ ਪਾਉਣ ਵਾਲੀ ਮਿਲਦੀ ਸੀਗੀ ਮੈਂ ਉਹ ਲੁਕਾ ਕੇ ਮੁਫਤ ਦੇ ਦਿੰਦਾ ਸੀਗਾ ਮਤਲਬ ਕਿ ਮੈਂ ਆਪਣੀ ਐਂਟਰਟੇਨਮੈਂਟ ਦਾ ਟੰਗ ਆਪ ਹੀ ਲੱਭਿਆ ਹੋਇਆ ਸੀ ਉਸ ਡਾਕਟਰ ਦੀ ਦੁਕਾਨ ਤੇ ਇੱਕ ਔਰਤ ਆਉਂਦੀ ਸੀ ਉਹ ਉਸਾਸੇ ਡਾਕਟਰ ਮਲਾਈ ਮੰਗਵਾਉਂਦਾ ਸੀ ਉਹ ਮਲਾਈ ਜਿਹੜੀ ਸੀਗੀ ਮੈਨੂੰ ਤਨਖਾਹ ਤਾਂ 1 ਰੁਪਿਆ ਮਹੀਨਾ ਮਿਲਦੀ ਸੀ ਤੇ ਕਈ ਵਾਰੀ ਮੈਂ ਮਹੀਨੇ ਦੇ ਵਿੱਚ 5 6 7 8 ਰੁਪਏ ਦੀ ਮਲਾਈ ਖਾ ਜਾਂਦਾ ਸੀਗਾ ਸੋ ਕਹਿਣ ਤੋਂ ਭਾਵੇਂਗਾ ਕਿ ਉਸ ਕਿਸਮ ਦੀ ਕੋਈ ਭਾਵਨਾ ਨਹੀਂ ਹੈ ਜ਼ਿੰਦਗੀ ਦੇ ਵਿੱਚ ਮੈਂ ਇਹ ਇਸ ਗੱਲ ਨੂੰ ਬਾਰ-ਬਾਰ ਕਹਾਂਗਾ ਕਿ ਮਿਲਿਆ ਬਹੁਤ ਕੁਝ ਕਿਉਂਕਿ ਜਿਸ ਜਗ੍ਹਾ ਤੋਂ ਅਸੀਂ ਚੱਲੇ ਸੀ ਸੋ ਅਚੀਵਮੈਂਟਸ ਜਿਹੜੀਆਂ ਅਚੀਵਮੈਂਟਸ ਹੋ ਰਹਿ ਜ਼ਿੰਦਗੀ ਪੂਰੇ ਤਸੱਲੀ ਨਾਲ ਜੀਵੀ ਮਲਬ ਜੋ ਕੰਮ ਮਿਲਿਆ ਕੀਤਾ ਅਸੀਂ ਇਹੇ ਸੋਚਦੇ ਰਹੇ ਅੱਗੇ ਦੇਖਦੇ ਆਂ ਕੀ ਹੁੰਦਾ ਅੱਗੇ ਦੇਖਦੇ ਆਂ ਕੀ ਹੁੰਦਾ ਇਸ ਭਾਵਨਾ ਦੇ ਨਾਲ ਚਲਦੇ ਰਹੇ ਚਲਦੇ ਰਹੇ ਤੇ ਕਿਉਂਕਿ ਜੋ ਕੁਝ ਕਰਦੇ ਰਹੇ ਉਹਦਾ ਨਤੀਜਾ ਵੀ ਆਉਂਦਾ ਰਿਹਾ ਉਹਦਾ ਨਤੀਜਾ ਹੁੰਦਾ ਰਿਹਾ ਅੱਗੇ ਵਧਦੇ ਰਹੇ ਤੇ ਇਸ ਢੰਗ ਦੇ ਨਾਲ ਜਿਹੜੀ ਹੈ ਜ਼ਿੰਦਗੀ ਬੜੀ ਇੰਜੋਏਬਲ ਰਹੀ ਸ਼ੁਕਰਾਨਾ ਨਾ ਹੋਵੇ ਤਾਂ ਹੋਰ ਕੀ ਹੋਵੇ ਹਾਂਜੀ ਤਿੰਨ ਔਰਤਾਂ ਦਾ ਬਹੁਤ ਸਤਿਕਾਰ ਤੁਸੀਂ ਇਸ ਕਿਤਾਬ ਚ ਲਿਖਿਆ ਹਨਾ ਪਹਿਲੇ ਤੁਹਾਡੇ ਮਾਤਾ ਜੀ ਪਿਤਾ ਜੀ ਦੀ ਵੀ ਬਹੁਤ ਜ਼ਿਆਦਾ ਤੁਸੀਂ ਪ੍ਰਸ਼ੰਸਾ ਕਰ ਰਹੇ ਹੋ ਕਿ ਬੜੇ ਸੰਤ ਕਿਸਮ ਦੇ ਉਹ ਉਹਨਾਂ ਦਾ ਸੁਭਾਅ ਸੀਗਾ ਪਰ ਮੈਨੂੰ ਲੱਗਦਾ ਕਿ ਔਰਤਾਂ ਦਾ ਪ੍ਰਭਾਵ ਤੁਹਾਡੇ ਤੇ ਜ਼ਿਆਦਾ ਰਿਹਾ ਤੁਹਾਡੇ ਮਾਤਾ ਜੀ ਉਸ ਤੋਂ ਬਾਅਦ ਤੁਹਾਡੇ ਧਰਮ ਪਤਨੀ ਤੁਸੀਂ ਉਹਨਾਂ ਬਾਰੇ ਬਹੁਤ ਚੰਗਾ ਇਸ ਕਿਤਾਬ ਦੇ ਵਿੱਚ ਲਿਖਿਆ ਤੇ ਉਸ ਤੋਂ ਬਾਅਦ ਤੁਹਾਡੀ ਧੀ ਹੈ ਨਾ ਤੇ ਤੁਹਾਨੂੰ ਲੱਗਦਾ ਵੀ ਨਰਿੰਦਰ ਸਿੰਘਪੁਰ ਔਰਤਾਂ ਦਾ ਪ੍ਰਭਾਵ ਜ਼ਿਆਦਾ ਕਬੂਲਦੇ ਨੇ ਅਸਲੀਅਤ ਇਹ ਹੈ ਕਿ ਮੈਂ ਨਾ ਜ਼ਿੰਦਗੀ ਦੇ ਵਿੱਚ ਕਾਲਜ ਦੇ ਵਿੱਚ ਤੇ ਯੂਨੀਵਰਸਿਟੀ ਵਿੱਚ ਪੜਾਇਆ ਹਾਂ ਜੀ ਤੇ ਮੇਰੀਆਂ ਵਿਦਿਆਰਥਣਾਂ ਜਾਦੇ ਸੀ ਵਿਦਿਆਰਥੀ ਘੱਟ ਸੀ ਹਮ ਜਿੱਥੇ ਜਿੱਥੇ ਵੀ ਮੈਂ ਪੜਾਇਆ ਮਤਲਬ ਕੋਈ ਸਬਜੈਕਟਸ ਵੀ ਉਸ ਕਿਸਮ ਦੇ ਸੀ ਜਿਨ੍ਹਾਂ ਵਿੱਚ ਵਿਦਿਆਰਥਣਾ ਜ਼ਿਆਦੇ ਸੀ ਮੈਂ ਔਰਤਾਂ ਦੇ ਨਾਲ ਜਿਹੜਾ ਨਾ ਮੈਨੂੰ ਵਰਤਨਾ ਸੌਖਾ ਲੱਗਦਾ ਮਤਲਬ ਕਿ ਉਹਨਾਂ ਦੇ ਨਾਲ ਮੈਨੂੰ ਆਈ ਫੀਲ ਕੰਫਰਟੇਬਲ ਵਿਦ them ਮਤਲਬ ਇਹਸ ਢੰਗ ਦੇ ਨਾਲ ਤੇ ਉਹ ਸੋਹਣੇ ਵੀ ਹੁੰਦੀ ਹੈ ਮੈਂ ਨਹੀਂ ਮੰਨਦਾ ਕਿ ਔਰਤ ਕਦੀ ਧੋਖਾ ਦੇਗੀ ਜਾਂ ਬੇਵਫਾਈ ਕਰੇਗੀ ਉਹਦੀਆਂ ਮਜਬੂਰੀਆਂ ਹੁੰਦੀਆਂ ਹੈ ਉਨਾ ਮਜਬੂਰੀਆਂ ਕਰਕੇ ਬਹੁਤ ਕੁਝ ਵਾਪਰਦਾ ਹੈ ਪਰੰਤੂ ਉਹਦੇ ਵਿੱਚ ਉਹਦਾ ਆਪਣਾ ਕਸੂਰ ਨਹੀਂ ਹੁੰਦਾ ਹੈ ਉਹਦੇ ਵਿੱਚ ਆਪਣੀ ਉਹਦੀ ਧੋਖਾ ਦੇਣ ਦੀ ਭਾਵਨਾ ਨਹੀਂ ਹੁੰਦੀ ਹੈ ਉਹ ਹੁੰਦੀ ਸਹੇਦ ਹੈ ਔਰਤ ਦੀ ਸਾਡੇ ਸਮਾਜ ਦੇ ਵਿੱਚ ਸਥਿਤੀ ਓਵਰ ਆਲ ਹੀ ਇਸ ਕਿਸਮ ਦੀ ਹੈਗੀ ਹੈ ਕਿ ਉਸ ਨੂੰ ਉਤਸ਼ਾਹ ਦੇਣ ਦੀ ਲੋੜ ਹੈਗੀ ਹੈ ਉਹ ਉਤਸ਼ਾਹ ਜਿਹੜਾ ਸੀਗਾ ਉਹ ਸਾਨੂੰ ਮਿਲਦਾ ਰਿਹਾ ਤੇ ਅਸੀਂ ਦਿੰਦੇ ਰਹੇ ਅਸਲ ਵਿੱਚ ਜੇਕਰ ਤੁਸੀਂ ਕੁਝ ਮੁੱਲਵਾਨ ਕਰਨਾ ਹੈ ਨਾ ਕੁਝ ਨਿੱਗਰ ਕੰਮ ਕਰਨਾ ਹੈਗਾ ਤਾਂ ਔਰਤ ਦੇ ਸਹਿਯੋਗ ਤੋਂ ਬਿਨਾ ਸੰਭਵ ਨਹੀਂ ਹੋਏਗਾ ਹਾਂਜੀ ਔਰਤ ਦਾ ਸਹਿਯੋਗ ਜਿਹੜਾ ਹੈ ਨਾ ਉਹ ਔਰਤ ਜਦੋਂ ਵੀ ਕਿਸੇ ਪੁਰਸ਼ ਦੇ ਸੰਪਰਕ ਵਿੱਚ ਆਉਂਦੀ ਹੈ ਨਾ ਉਹ ਉਸ ਦਾ ਧਿਆਨ ਰੱਖਣ ਲੱਗ ਪੈਂਦੀ ਹੈ ਹਾਂ ਤੇ ਪੁਰਸ਼ ਜਦੋਂ ਕਿਸੇ ਔਰਤ ਦੇ ਸੰਪਰਕ ਵਿੱਚ ਆਉਂਦਾ ਤਾਂ ਉਹ ਉਸ ਨੂੰ ਪ੍ਰੋਟੈਕਟ ਕਰਨ ਲੱਗ ਪੈਂਦਾ ਹੈ ਉਸ ਦੀ ਰੱਖਿਆ ਕਰਨ ਲੱਗ ਪੈਂਦਾ ਹੈਗਾ ਹਾਂਜੀ ਸੋ ਇਸ ਤਰ੍ਹਾਂ ਮੇਰੇ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਔਰਤਾਂ ਆਈਆਂ ਹੋਰ ਆਈਆਂ ਪ੍ਰੇਮ ਕਾਮਾ ਦੇ ਰੂਪ ਵਿੱਚ ਆਈਆਂ ਸਹੇਲੀਆਂ ਦੇ ਰੂਪ ਵਿੱਚ ਆਈਆਂ ਜਾਨੂਆਂ ਦੇ ਰੂਪ ਵਿੱਚ ਆਈਆਂ ਵਿਦਿਆਰਥੀਆਂ ਦੇ ਵਿਦਿਆਰਥਣਾਂ ਦੇ ਰੂਪ ਵਿੱਚ ਆਈਆਂ ਉਹਨਾਂ ਸਾਰਿਆਂ ਦੇ ਨਾਲ ਮੇਰੇ ਬਹੁਤ ਅچھے ਸਬੰਧ ਸਨ ਬਹੁਤ ਅੱਛੀ ਤਸੱਲੀ ਵਾਲਾ ਅਨੁਭਵ ਸੀ ਉਹਨਾਂ ਦੇ ਨਾਲ ਸੋ ਇਸ ਕਰਕੇ ਮੇਰੇ ਮਨ ਦੇ ਵਿੱਚ ਉਹਨਾਂ ਪ੍ਰਤੀ ਸਤਿਕਾਰ ਹੈ ਸੋ ਇਸ ਸਤਿਕਾਰ ਦੇ ਪਿੱਛੇ ਔਰਤ ਦੀ ਤਰੱਕੀ ਦੇ ਬਿਨਾਂ ਕੋਈ ਸਮਾਜ ਤਰੱਕੀ ਨਹੀਂ ਕਰ ਸਕਦਾ ਮੈਂ ਇਹ ਮਹਿਸੂਸ ਕਰਦਾ ਦੇ ਕੋਈ ਵੀ ਪਰਿਵਾਰ ਵੀ ਜਿਹੜਾ ਹੈਗਾ ਜੇ ਉਸ ਦੇ ਵਿੱਚ ਔਰਤ ਦਾ ਸਤਿਕਾਰ ਨਹੀਂ ਹੈ ਤਾਂ ਉਹ ਪਰਿਵਾਰ ਵੀ ਤਰੱਕੀ ਨਹੀਂ ਕਰ ਸਕਦਾ ਕਿਉਂਕਿ ਔਰਤ ਦੀ ਕੁੱਲ ਬਿਰਤੀ ਹੈ ਨਾ ਜਿਹੜੀ ਉਹ ਜ਼ਿੰਦਗੀ ਨੂੰ ਸੁਖਾਵਾ ਤੇ ਸੁਗੀ ਬਣਾਉਣਾ ਹੂੰ ਉਸ ਸਮਝਾਂਵਾਂ ਨਹੀਂ ਪੈਦਾ ਕਰਦੀ ਸਮਸਿਆਵਾਂ ਜਿਹੜੀਆਂ ਹਨ ਉਹ ਜਾਇਦਾਦ ਦੇ ਸਬੰਧੀ ਹੁੰਦੀਆਂ ਜਾਂ ਹੋਰ ਹੋਰ ਮਾਮਲਿਆਂ ਬਾਰੇ ਹੁੰਦੀਆਂ ਉਹ ਪੁਰਸ਼ ਪੈਦਾ ਕਰਦੇ ਹਨ ਔਰਤਾਂ ਸਮੱਸਿਆਵਾਂ ਨਹੀਂ ਪੈਦਾ ਕਰਦੀਆਂ ਉਹ ਸਮੱਸਿਆਵਾਂ ਨੂੰ ਹੱਲ ਕਰਦੀਆਂ ਜਿਸ ਧੀਰਜ ਦੇ ਨਾਲ ਜਿਸ ਧਿਆਨ ਦੇ ਨਾਲ ਉਹ ਗੱਲ ਸੁਣਦੀਆਂ ਜਿਸ ਧਿਆਨ ਦੇ ਨਾਲ ਉਹ ਉਸ ਗੱਲ ਦਾ ਨਿਪਟਾਰਾ ਕਰਦੀਆਂ ਜਾਂ ਉਹ ਦਾ ਹੱਲ ਦੱਸਦੀਆਂ ਤੁਸੀਂ ਕਦੇ ਵੀ ਵੇਖ ਲੈਣਾ ਤੁਸੀਂ ਕੋਈ ਸਮੱਸਿਆ ਆਪਣੀ ਵਾਈਫ ਨਾਲ ਡਿਸਕਸ ਕਰੋ ਉਹ ਤਾਂ ਬਿਲਕੁਲ ਠੀਕ ਹੱਲ ਦੱਸ ਦੇਗੀ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਹੈ। ਹਮ ਮੰਨਣਾ ਨਾ ਮੰਨਣਾ ਨਾ ਮੰਨ ਤੁਹਾਡੀ ਮਰਜ਼ੀ। ਮਤਲਬ ਉਹ ਦੱਸ ਦੇਗੀ ਕਿ ਤੁਹਾਡਾ ਵਿਹਾਰ ਠੀਕ ਨਹੀਂ ਸੀ। ਹਾਂ। ਹਾਂ ਮਤਲਬ ਅਗੋ ਮੰਨਣਾ ਨਾ ਮੰਨਣਾ ਜਿਹੜੇ ਆਦਮੀ ਦੇ ਵਿੱਚ ਈਗੋ ਜ਼ਿਆਦਾ ਹੁੰਦੀ ਹੈ ਤੇ ਔਰਤ ਜਿਹੜੀ ਹੈ ਉਹਦੇ ਵਿੱਚ ਸਮਝੌਤੇ ਦੀ ਬਿਰਤੀ ਜ਼ਿਆਦਾ ਹੁੰਦੀ ਹੈ। ਉਹ ਸਮੱਸਿਆ ਪੈਦਾ ਨਹੀਂ ਕਰਦੀ, ਉਹ ਸਮੱਸਿਆ ਹੱਲ ਕਰਦੀ ਹੈ। ਸੋ ਇਸ ਭਾਵ ਦੇ ਨਾਲ ਮੇਰੀ ਜ਼ਿੰਦਗੀ ਦੇ ਵਿੱਚ ਹੋ ਸਕਦਾ ਵਿਸ਼ੇਸ਼ ਤੌਰ ਤੇ ਜੋ ਵੀ ਆਈਆਂ ਔਰਤਾਂ ਉਹ ਬੜੀਆਂ ਮਿਹਰਬਾਨ ਸਨ। ਤੇ ਬਹੁਤ ਚੰਗੇ ਵਿਹਾਰ ਵਾਲੀਆਂ ਸਨ ਉਹਨਾਂ ਤੋਂ ਮੈਨੂੰ ਕੁਝ ਨਾ ਕੁਝ ਮਿਲਦਾ ਹੀ ਰਿਹਾ ਸੋ ਇਸ ਕਰਕੇ ਮੇਰੇ ਮਨ ਵਿੱਚ ਉਹਨਾਂ ਪ੍ਰਤੀ ਸਤਿਕਾਰ ਹੈ ਸਤਿਕਾਰ ਤਾਂ ਮੇਰਾ ਪਰਸ਼ਾ ਪ੍ਰਤੀ ਵੀ ਹੈਗਾ ਇਹੋ ਜੀ ਕੋਈ ਗੱਲ ਨਹੀਂ ਹੈ ਸਤਿਕਾਰ ਜ਼ਿੰਦਗੀ ਪ੍ਰਤੀ ਵੀ ਹੈਗਾ ਸਰਕਾਰ ਧਰਮ ਪ੍ਰਤੀ ਵੀ ਹੈਗਾ ਸਾਰਿਆਂ ਪ੍ਰਤੀ ਜਿਹੜਾ ਹੈ ਸਤਿਕਾਰ ਹੈ ਕਿਉਂਕਿ ਸਤਿਕਾਰ ਦੀ ਭਾਵਨਾ ਦੇ ਨਾਲ ਜਿਹੜਾ ਨਾ ਤੁਹਾਡੇ ਵਾਸਤੇ ਰਸਤਾ ਬਣਦਾ ਜਾਂਦਾ ਮੈਂ ਕਦੇ ਕਿਸੇ ਨਾਲ ਵਿਰੋਧ ਨਹੀਂ ਕੀਤਾ ਵਿਰੋਧ ਵਾਲੀ ਸਥਿਤੀ ਪੈਦਾ ਵੀ ਨਹੀਂ ਕੀਤੀ ਹੈ ਸੋ ਇਹ ਕਾਰਨ ਸਨ ਜਿੰਨਾ ਕਰਕੇ ਔਰਤਾਂ ਦੇ ਇਹ ਤੁਹਾਡੇ ਪਰਸਪੈਕਸ਼ਨ ਹੈ ਵੈਸੇ ਤਾਂ ਮੇਰਾ ਵਿਹਾਰ ਜਿਹੜਾ ਸੀ ਉਹ ਸਾਧਾਰਨ ਸੀ ਮਤਲਬ ਉਸ ਆਧਾਰਨ ਵਿਹਾਰ ਜਿਹੜਾ ਸੀਗਾ ਉਹ ਉਹਨਾਂ ਕਾਰਨ ਕਰਕੇ ਸ਼ਾਇਦ ਹੋ ਸਕਦਾ ਉਹ ਸਪੈਸ਼ਲ ਪ੍ਰਤੀਤ ਹੁੰਦਾ ਹੋਵੇ ਹਾਂਜੀ ਪਰੰਤੂ ਮੇਰੇ ਵੱਲੋਂ ਸਾਧਾਰਨ ਵਿਵਹਾਰ ਵਿਹਾਰ ਸੀ ਜਦੋਂ ਮੈਂ ਆਈ ਸੀ ਤਾਂ ਮੈਂ ਮੈਮ ਨੂੰ ਪੁੱਛਿਆ ਕਿ ਤੁਸੀਂ ਕੁਝ ਲਿਖਦੇ ਹੋ ਤਾਂ ਉਹ ਕਹਿੰਦੇ ਨਹੀਂ ਮੈਂ ਇਹਨਾਂ ਨੂੰ ਲਿਖਣ ਦਾ ਮੌਕਾ ਦਿੱਤਾ ਹਾਂ ਠੀਕ ਮੈਨੂੰ ਲੱਗਿਆ ਵੀ ਤੁਸੀਂ ਜਿਹੜੀ ਰਿਸਪੈਕਟ ਇਸ ਕਿਤਾਬ ਦੇ ਵਿੱਚ ਲਿਖਿਆ ਉਹ ਵਾਕਈ ਡਿਸਰਵ ਕਰਦੇ ਸੀ ਉਹਨਾਂ ਨੇ ਇੰਨੀ ਵੱਡੀ ਗੱਲ ਕਹੀ ਵੀ ਮੈਂ ਇਹਨਾਂ ਨੂੰ ਲਿਖਣ ਦਾ ਮੌਕਾ ਦਿੰਦਾ ਇਹ ਬੜਾ ਵੱਡਾ ਕੰਮ ਬਿਲਕੁਲ ਕਿਉਂਕਿ ਇੱਕ ਕਾਰ ਦੇ ਵਿੱਚ ਦੋ ਲੇਖਕ ਨਹੀਂ ਹੋਣੇ ਚਾਹੀਦੇ ਹਾਂਜੀ ਦੋ ਲੇਖਕ ਹੋ ਨਹੀਂ ਸਕਦੇ ਜੇਕਰ ਦੋ ਕਵੀ ਹੋਣ ਨਾ ਹਸਬੰਡ ਤੇ ਵਾਈਫ ਦੋਵੇਂ ਕਵਤਾ ਲਿਖਦੇ ਹੋਣ ਉਹ ਟਕਰਾਂਦਾ ਹੀ ਰਹਿਣਗੇ ਉਹ ਕਵਤਾ ਨਹੀਂ ਲਿਖਣਗੇ ਉਹ ਲੜਦੇ ਰਹਿਣਗੇ ਸੋ ਇਹ ਕੁਦਰਤੀ ਹੈ ਜੇਕਰ ਕਿਸੇ ਨੇ ਕੋਈ ਤਰੱਕੀ ਕਰਨੀ ਹੈ ਤਾਂ ਉਹਨੂੰ ਬੜੀ ਵੱਡੀ سپورਟ ਚਾਹੀਦੀ ਆ ਫਾਦਰ ਦੀ سپورਟ ਜਿਹੜੀ ਆ ਵਸੂਲਾਂ ਦੇ ਰੂਪ ਵਿੱਚ ਹੁੰਦੀ ਹੈ ਮਦਰ ਦੇ ਜਿਹੜੇ ਸਪੋਰਟ ਹੈਗੀ ਆ ਉਹ ਸਹੂਲਤਾਂ ਜਿਹੜੀਆਂ ਨਾ ਉਹ ਦੇਣੀਆਂ ਹੁੰਦੀ ਆ ਤੇ ਮੇਰੀ ਵਾਈਫ ਜਿਹੜੀ ਹੈ ਉਸਨੇ ਆਪਣੇ ਬੱਚਿਆਂ ਦੇ ਜਿਹੜੇ ਪਰਵਰਿਸ਼ ਹੈ ਉਸ ਦੇ ਵਿੱਚ ਬੜਾ ਵੱਡਾ ਰੋਲ ਅਦਾ ਕੀਤਾ ਬੱਚੇ ਸਾਡੇ ਜਿਹੜੇ ਹੈਗੇ ਉਹ ਬੜੀਆਂ ਚੰਗੀਆਂ ਇੰਸਟੀਟਿਊਸ਼ਨਸ ਦੇ ਵਿੱਚ ਵਿਸ਼ਵ ਪੱਧਰ ਦੀਆਂ ਇੰਸਟੀਟਿਊਸ਼ਨਸ ਦੇ ਵਿੱਚ ਉਹਨਾਂ ਨੇ ਵਿੱਦਿਆ ਪ੍ਰਾਪਤ ਕੀਤੀ ਹੈ ਅਰ ਉਹ ਇਨਸਾਨ ਹੈਗੇ ਮਤਲਬ ਕੇਵਲ ਪੁਰਸ਼ ਨਹੀਂ ਪੁਰਸ਼ ਦਾ ਇਸਤਰੀਆਂ ਨਹੀਂ ਉਹ ਇਨਸਾਨ ਹਨ ਇਨਸਾਨਾਂ ਵਾਲੇ ਉਹਨਾਂ ਵਿੱਚ ਗੁਣ ਹਨ ਉਹ ਵਿਸ਼ਵ ਨਾਗਰਿਕ ਹਨ ਮੇਰੀ ਇੱਛਾ ਸੀ ਕਿ ਉਹਨਾਂ ਨੂੰ ਵਿਸ਼ਵ ਪੱਧਰ ਦੇ ਬੰਦੇ ਬਣਾ ਜੇ ਸੋ ਉਹ ਰਹਿੰਦੇ ਪਾਵੇਂ ਇੱਥੇ ਸੀ ਮੇਰੇ ਇੱਕ ਬੇਟੇ ਨੇ ਲਿਖਿਆ ਵੀ ਹੈ ਕਿ ਅਸੀਂ ਰਹਿੰਦੇ ਤਾਂ ਛੋਟੇ ਜਿਹੇ ਮਹੱਲੇ ਵਿੱਚ ਸੀ ਪਰੰਤੂ ਸੋਚ ਦੇ ਪੱਖੋਂ ਅਸੀਂ ਲੰਡਨ ਪੈਰਿਸ ਮਾਸਕੋਵ ਵਿੱਚ ਘੁੰਮਦੇ ਹੁੰਦੇ ਸੀ ਸੋ ਇਸ ਸਾਰਾ ਕੁਝ ਜਿਹੜਾ ਸੀਗਾ ਇਹ ਵਾਈਫ ਦੇ ਕਰਕੇ ਮਦਰ ਦੇ ਕਰਕੇ ਸੀ ਮੇਰੀ ਮਦਰ ਜਿਹੜੀ ਸੀਗੇ ਉਹ ਮੇਰੀ ਵਾਈਫ ਤੇ دیਵਾਨੀ ਸੀ ਮੈਂ ਕਹੂੰਗਾ ਹਾਂਜੀ ਉਹ ਤਾਂ ਜਾਨ ਦਿੰਦੇ ਸੀ ਮੇਰੇ ਫਾਦਰ ਦਾ ਮੇਰੀ ਵਾਈਫ ਉੱਤੇ ਇਤਨਾ ਵਿਸ਼ਵਾਸ ਸੀ ਕਿ ਜੇ ਕੋਈ ਸਰਕਾਰੀ ਚਿੱਠੀ ਆ ਜਾਂਦੇ ਸੀ ਉਹ ਮੈਨੂੰ ਨਹੀਂ ਸੀ ਪੜਵਾਉਂਦੇ ਮੇਰੀ ਵਾਈਫ ਨੂੰ ਪੜਵਾਉਂਦੇ ਸੀ ਉਸ ਤੋਂ ਪੜਵਾਉਂਦੇ ਸੀਗੇ ਸੋ ਇਸ ਤਰ੍ਹਾਂ ਜ਼ਿੰਦਗੀ ਚੱਲਦੇ ਰਹੇ ਇਸੇ ਕਰਕੇ ਟਾਈਮ ਮਿਲਿਆ ਉਸ ਟਾਈਮ ਨੂੰ ਵਰਤ ਕੇ ਹੀ ਮੈਂ ਲਿਖਣ ਦੇ ਯੋਗ ਹੋਇਆ ਇਹ ਇੱਕ ਕਿਤਾਬ ਲਿਖਣੀ ਮੈਨੂੰ ਵੀ ਉਹ ਸਾਰੀਆਂ ਸੁਨਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਮੇਰੇ ਘਰ ਵੀ ਜਦੋਂ ਗੈਸ ਖਤਮ ਹੋ ਜਾਂਦੀ ਹੈ ਮੈਂ ਗੈਸ ਦਾ ਪ੍ਰਬੰਧ ਕਰਦਾ ਮੇਰੇ ਘਰ ਵੀ ਜਦੋਂ ਪਾਣੀ ਪਾਣੀ ਨਹੀਂ ਆਉਂਦਾ ਤਾਂ ਪਾਣੀ ਵਾਲਿਆਂ ਤੋਂ ਜਾ ਕੇ ਪੁੱਛਦਾ ਮੈਂ ਆ ਪਹੇਗਾ ਬਿਜਲੀ ਖਰਾਬ ਹੋ ਜੇ ਨੇ ਮੈਂ ਆਪ ਠੀਕ ਕਰਾਉਂਦਾ ਹੈਗਾ ਆਮ ਬੰਦੇ ਵਾਂਗੂ ਸਾਰੇ ਕੰਮ ਮੈਂ ਕਰਦਾ ਹਾਂ ਪਰੰਤੂ ਉਸ ਦੇ ਬਾਵਜੂਦ ਜੇਕਰ ਤੁਸੀਂ ਕੁਝ ਕਰਦੇ ਹੋ ਮਿਸਾਲ ਦੇ ਤੌਰ ਤੇ ਮੈਂ ਇਹਦੇ ਵਿੱਚ ਲਿਖਿਆ ਵੀ ਹੈ ਮੈਂ 40 ਸਾਲਾਂ ਦੇ ਵਿੱਚ ਛੁੱਟੀ ਨਹੀਂ ਲਈ ਕਦੀ ਇਹ ਜਿਹੜਾ ਸੀ ਇੱਕ ਕਮਿਟਮੈਂਟ ਸੀ ਮਤਲਬ ਉਹ ਕੁਝ ਕਰਨਾ ਸੌਖਾ ਨਹੀਂ ਹੁੰਦਾ ਹੁੰਦਾ ਉਹਦੇ ਵਿੱਚ ਬਹੁਤ ਸਾਰੀਆਂ ਕੁਰਬਾਨੀਆਂ ਵੀ ਕਰਨੀਆਂ ਪੈਂਦੀਆਂ ਬਹੁਤ ਕੁਝ ਛੱਡਣਾ ਵੀ ਪੈਂਦਾ ਮੈਂ ਫਿਲਮਾਂ ਨਹੀਂ ਦੇਖੀਆਂ ਟੀਵੀ ਨਹੀਂ ਵੇਖਦਾ ਵਗੈਰਾ ਇਸ ਕਿਸਮ ਵਿਆਹਾਂ ਦੇ ਵਿੱਚ ਬਹੁਤਾ ਨਹੀਂ ਜਾਂਦਾ ਸਮਾਗਮਾਂ ਦੇ ਵਿੱਚ ਨਹੀਂ ਜਾਂਦਾ ਜਨਮ ਦਿਨ ਮਨਾਉਣ ਦੇ ਵਿੱਚ ਮੇਰੀ ਕੋਈ ਦਿਲਚਸਪੀ ਨਹੀਂ ਹੈ ਕੋਈ ਫੈਸ਼ਨਦਾਰ ਕੱਪੜੇ ਪਾਉਣ ਦੀ ਮੇਰੀ ਕੋਈ ਇੱਛਾ ਨਹੀਂ ਹੈ ਸੋ ਇਹ ਸਾਰੀਆਂ ਜਿਹੜੀਆਂ ਹਨ ਇੱਕ ਵਕਤ ਨੂੰ ਪੈਦਾ ਕਰਨ ਵਾਲੇ ਟੰਗ ਹਨ ਉਸ ਵਕਤ ਨੂੰ ਵਰਤ ਕੇ ਬੰਦਾ ਜਿਹੜਾ ਨਾ ਕੁਝ ਕਰਦਾ ਹੈਗਾ ਤੇ ਉਸ ਦੇ ਵਿੱਚ ਸਮਾਜ ਦਾ ਫਾਇਦਾ ਹੁੰਦਾ ਹੈ ਇਹ ਜੋ ਕੁਝ ਮੈਂ ਲਿਖਦਾ ਰਿਹਾ ਇਹ ਬੇਸਿਕਲੀ ਸਮਾਜ ਨੂੰ ਉਸ ਤੋਂ ਮਿਲੇ ਹੋਏ ਵਰਦਾਨ ਜਿਹੜੇ ਸੀਗੇ ਉਹਨਾਂ ਦਾ ਮੋੜਵਾ ਜਿਹੜਾ ਸੀ ਗਿਫਟਸ ਸੀ ਇੱਕ ਚੰਗੀ ਚੀਜ਼ ਮੈਨੂੰ ਲੱਗੀ ਵੀ ਸ਼ਾਇਦ ਜਦੋਂ ਲੋਕ ਪੜਨਗੇ ਤਾਂ ਉਹਨਾਂ ਨੂੰ ਬਿਲਕੁਲ ਇਹ ਚੀਜ਼ ਸਮਝ ਆਊਗੀ ਕਿ ਕਾਮਯਾਬੀ ਦਾ ਕੋਈ ਵੀ ਮੰਤਰ ਨਹੀਂ ਹੁੰਦਾ ਹਨਾ ਉਹਦੇ ਲਈ ਤੁਹਾਨੂੰ ਲਗਾਤਾਰ ਮਿਹਨਤ ਕਰਦੇ ਰਹਿਣਾ ਚਾਹੀਦਾ ਜਿਵੇਂ ਤੁਸੀਂ ਕਿਹਾ ਕਿ ਮਿਹਨਤ ਕਰਦੇ ਗਏ ਨਤੀਜੇ ਆਉਂਦੇ ਰਹੇ ਤੇ ਉਹੀ ਨਤੀਜੇ ਹੋਰ ਮਿਹਨਤ ਲਈ ਪ੍ਰੇਰਿਤ ਕਰਦੇ ਗਏ ਤਾਂ ਉਹ ਚੀਜ਼ ਮੈਨੂੰ ਲੱਗਦਾ ਜਦੋਂ ਵੀ ਕੋਈ ਪੜੂਗਾ ਤਾਂ ਉਹਨੂੰ ਹਰੇਕ ਬੰਦੇ ਨੂੰ ਮਹਿਸੂਸ ਹੋਊਗੀ ਕਿ ਮਿਹਨਤ ਆ ਜਿਹੜੀ ਉਹਦੇ ਨਾਲ ਜ਼ਿੰਦਗੀ 'ਚ ਕੁਝ ਵੀ ਅਸੰਭਵ ਨਹੀਂ ਹੈ ਤਾਂ ਉਹ ਚੰਗੀ ਚੀਜ਼ ਹੈ ਕਿ ਜਿਹਦੇ ਤੱਕ ਵੀ ਇਹ ਕਿਤਾਬ ਜਾਊਗੀ ਖਾਸ ਕਰਕੇ ਹੁਣ ਹੁਣ ਦੀ ਜਿਹੜੀ ਜਨਰੇਸ਼ਨ ਆ ਤਾਂ ਉਹਨਾਂ ਨੂੰ ਜ਼ਰੂਰ ਲੱਗੂਗਾ ਕਿ ਜੇ ਇੱਕ ਬੰਦਾ ਇੱਥੋਂ ਉੱਠ ਕੇ ਐਨੀ ਉਚਾਈ ਤੇ ਪਹੁੰਚ ਸਕਦਾ ਤਾਂ ਕਿਸੇ ਲਈ ਵੀ ਇਹ ਚੀਜ਼ਾਂ ਸੰਭਵ ਨਹੀਂ। ਇਹ ਜਿਹੜਾ ਨਾ ਇੱਕ ਜਗ੍ਹਾ ਤੋਂ ਉੱਠ ਕੇ ਉੱਥੇ ਪਹੁੰਚਣਾ ਇਹ ਕੋਈ ਬਹੁਤਾ ਇੰਪੋਰਟੈਂਟ ਨਹੀਂ ਹੈ। ਕਿਵੇਂ ਪਹੁੰਚਣਾ ਇਹ ਇੰਪੋਰਟੈਂਟ ਹੈ। ਮੈਂ ਹਮੇਸ਼ਾ ਸਾਰਾ ਸਿਲੇਬਸ ਪੜ੍ਹ ਕੇ ਇਮਤਿਹਾਨ ਦਿੰਦਾ ਸੀ। ਤੇ ਮੈਂ ਲਿਖਿਆ ਹੋਇਆ ਆਪਣੀ ਕਿਸੇ ਕਿਤਾਬ ਦੇ ਵਿੱਚ ਚੰਗੀਆਂ ਯੂਨੀਵਰਸਿਟੀਆਂ ਉਹ ਹੁੰਦੀਆਂ ਜਿਨ੍ਹਾਂ ਵਿੱਚ ਵਿਦਿਆਰਥੀ ਪੜ੍ਹ ਕੇ ਪਾਸ ਹੁੰਦੇ। ਇਦੇ ਵਿੱਚ ਛੁਪੀ ਹੋਈ ਗੱਲ ਹੈ ਕਿ ਨਕਲ ਮਾਰ ਕੇ ਨਹੀਂ ਪਾਸ ਹੁੰਦੇ ਪੜ ਕੇ ਆਪ ਪਾਸ ਹੁੰਦੇ ਹੈਗੇ ਆਪ ਮਿਹਨਤ ਕਰਕੇ ਪਾਸ ਹੁੰਦੇ ਹੈਗੇ ਤੇ ਸਿੱਖਿਆ ਜਿਹੜੀ ਹੈ ਬੜਾ ਇੰਜੋਏਬਲ ਐਕਸਪੀਰੀਅੰਸ ਹੈਗਾ ਮੈਨੂੰ ਅਫਸੋਸ ਹੈ ਕਿ ਮੈਂ ਸਾਇੰਸ ਨਹੀਂ ਪੜ੍ਹ ਸਾਇੰਸ ਜਿਹੜੀ ਹੈ ਉਹ ਆਰਟਸ ਦੇ ਸਬਜੈਕਟ ਨਾਲੋਂ ਵੀ ਵਧੇਰੇ ਦਿਲਚਸਪ ਹੈ ਕਿਉਂਕਿ ਸਾਡਾ ਵਾਹ ਨਹੀਂ ਪਿਆ ਇਸ ਕਰਕੇ ਅਸੀਂ ਉਸ ਦੀ ਦਿਲਚਸਪੀ ਜਿਹੜੀ ਹੈ ਨਾ ਉਸ ਨੂੰ ਮਾਣ ਨਹੀਂ ਸਕੇ ਬਹੁਤ ਸਾਰਾ ਕੁਝ ਕਰਨ ਨੂੰ ਚਾਹੀਦਾ ਹੁੰਦਾ ਮੈਂ ਮਹਿਸੂਸ ਕਰਦਾ ਐ ਅੰਗਰੇਜ਼ੀ ਪਾਸ਼ਾ ਹੈ ਜਾਂ ਫ੍ਰਾਂਸੀਸੀ ਪਾਸ਼ਾ ਹੈ ਫ੍ਰਾਂਸੀਸੀ ਦਾ ਮੈਂ ਡਿਪਲੋਮਾ ਕੀਤਾ ਮੇਰੀ ਬੇਟੀ ਨੇ ਵੀ ਕੀਤਾ ਤੇ ਉਸ ਨੂੰ ਵੀ ਇਹ ਚੰਗਾ ਲੱਗਿਆ ਸੋ ਕਹਿਣ ਤੋਂ ਪਾਵਗਾ ਜੇ ਤੁਸੀਂ ਕੁਝ ਕਰਦੇ ਰਹੋ ਤੁਸੀਂ ਇੰਜੋਏ ਕਰਦੇ ਹੋ ਇੰਜੋਏ ਕਰਦੇ ਹੋ ਤੇ ਉਸ ਦੇ ਨਾਲ ਤੁਹਾਡੇ ਵਿਕਾਸ ਵਾਪਰਦਾ ਹੈਗਾ ਤੁਹਾਡਾ ਦ੍ਰਿਸ਼ਟੀਕੋਣ ਜਿਹੜਾ ਹੈ ਵਿਸ਼ਾਲ ਹੁੰਦਾ ਤੁਸੀਂ ਬਹੁਤ ਕੁਝ ਦੇਖ ਸਕਦੇ ਹੋ ਬਹੁਤ ਕੁਝ ਜਿਹੜਾ ਦਿਖਾ ਸਕਦੇ ਹੋ ਉਹ ਇਹ ਗੱਲਾਂ ਜਿਹੜੀਆਂ ਸੀ ਉਹ ਚਲਦੀਆਂ ਰਹੀਆਂ ਤੇ ਕੁਝ ਕਰਦੇ ਰਹੋ ਹੁੰਦਾ ਰਹਿੰਦਾ ਮੈਂ 34 ਸਾਲ ਦੀ ਉਮਰ ਤੱਕ ਇਮਤਿਹਾਨ ਨਹੀਂ ਦਿੰਦਾ ਰਿਹਾ ਹਾਂਜੀ ਸੰਗਰੂਰ ਮੈਂ ਰਹਿੰਦਾ ਸੀ ਉੱਥੇ ਮੇਰੇ ਕੋਲ ਵਕਤ ਹੁੰਦਾ ਸੀ ਮੈਂ ਇਕੱਲਾ ਹੀ ਪ੍ਰੋਫੈਸਰ ਸੀ ਜਿਹੜਾ ਵਿਦਿਆਰਥੀਆਂ ਨੂੰ ਅਸਾਈਨਮੈਂਟਸ ਵੀ ਦਿੰਦਾ ਸੀ ਕਿਉਂਕਿ ਮੇਰੇ ਕੋਲ ਵਕਤ ਹੁੰਦਾ ਸੀ ਅਸਾਈਨਮੈਂਟਸ ਦੀਆਂ ਮੈਂ ਚੈੱਕ ਕਰਕੇ ਕਮੈਂਟਸ ਲਿਖ ਕੇ ਉਹਨਾਂ ਨੂੰ ਵਾਪਸ ਕਰਦਾ ਸੀ ਤੇ ਉਹਨਾਂ ਦੇ ਵਿੱਚ ਵਿਕਾਸ ਵਾਪਰਦਾ ਸੀ ਤੁਹਾਡੇ ਸਾਹਮਣੇ ਜਿਹੜਾ ਵਿਕਾਸ ਵਾਪਰਿਆ ਹੁੰਦਾ ਹੈ ਮੈਂ ਆਪਣੀ ਬੇਟੀ ਨੂੰ ਦੇਖਿਆ ਵਿਕਾਸ ਕਰਦੇ ਹੋਏ ਉਹ ਤੁਹਾਨੂੰ ਬਸਰ ਪ੍ਰਸੰਨਤਾ ਮਿਲਦੀ ਹੈ ਮਤਲਬ ਕਹਿ ਰਿਹਾ ਹੈ ਕਿ ਮੈਂ ਹੋਰਾਂ ਨੂੰ ਵੀ ਚਾਹਿਆ ਕਿ ਉਹ ਵੀ ਇਵੇਂ ਕਰਨ ਮੇਰੇ ਇੱਕ ਰਿਸ਼ਤੇਦਾਰੀ ਦੇ ਵਿੱਚੋਂ ਇੱਕ ਲੜਕਾ ਇੱਥੇ ਆਇਆ ਮੈਂ ਉਸ ਨੂੰ ਕਿਹਾ ਕਿ ਤੂੰ ਮੇਰੇ ਕੋਲ ਭੇਜ ਦੇ ਇਹਨੂੰ ਮੈਂ ਇਹਨੂੰ ਪੜਨ ਦੇ ਕੰਮ ਲਾਵਾਂਗਾ ਤੇ ਉਹ ਮੇਰੇ ਜਾ ਕੇ ਸ਼ਿਕਾਇਤ ਕਰਦਾ ਮਾਮਾ ਜੀ ਤਾਂ ਹਰ ਵੇਲੇ ਸਾਨੂੰ ਪੜਨ ਬਾਰੇ ਹੀ ਕਹੀ ਜਾਂਦੇ ਆ। ਮਤਲਬ ਕਿ ਉਹਨੇ ਕੁਝ ਸਿੱਖਣ ਦੀ ਬਜਾਏ ਮੇਰੀ ਸ਼ਿਕਾਇਤ ਲਾਈ। ਸੋ ਇਸ ਤਰ੍ਹਾਂ ਜਿਹੜਾ ਹੈ ਚੱਲਦਾ ਸਿੱਖਣ ਵਾਲਾ ਵੀ ਤਿਆਰ ਹੋਵੇ ਸਿਖਾਉਣ ਵਾਲਾ ਉਸ ਦੇ ਵਿੱਚ ਦਿਲਚਸਪੀ ਲਵੇ। ਫਿਰ ਵਿਕਾਸ ਵਾਪਰਦਾ ਹੈ ਹਾਂਜੀ ਮੈਨੂੰ ਤੁਹਾਡੀ ਲਿਖੀ ਕਿਤੇ ਗੱਲ ਮੈਨੂੰ ਹੁਣ ਪਤਾ ਨਹੀਂ ਮੈਂ ਕਿਹੜੀ ਕਿਤਾਬ ਚ ਪੜ੍ਹੀ ਸੀ ਸ਼ਾਇਦ ਮੈਂ ਕੋਈ ਰੀਸੈਂਟਲੀ ਤੁਹਾਡੀ ਕਿਤਾਬ ਪੜ੍ਹੀ ਹੋਗੀ ਉਹਦੇ ਚ ਸੀਗੇ ਕਿ ਸਕੂਲ ਦੇ ਜਿਹੜੇ ਅਧਿਆਪਕ ਹੁੰਦੇ ਨੇ ਉਹ ਵਿਕਾਸ ਕਰਕੇ ਕਾਲਜ ਚ ਆ ਜਾਂਦੇ ਆ ਕਾਲਜ ਦੇ ਅਧਿਆਪਕ ਵਿਕਾਸ ਕਰਕੇ ਫਿਰ ਯੂਨੀਵਰਸਿਟੀ ਤੱਕ ਪਹੁੰਚਦੇ ਆ ਤੇ ਤੁਸੀਂ ਕੋਸ਼ਿਸ਼ ਕੀਤੀ ਸੀ ਵੀ ਯੂਨੀਵਰਸਿਟੀ ਚ ਵੀ ਤੁਹਾਡਾ ਵਿਕਾਸ ਹੁੰਦਾ ਰਿਹਾ ਮੈਂ ਤਾਂ ਇਸ ਯੂਨੀਵਰਸਿਟੀ ਤੋਂ ਵੀ ਹੋਰ ਯੂਨੀਵਰਸਿਟੀ ਵਿੱਚ ਜਾਣਾ ਚਾਹੁੰਦਾ ਸੀਗਾ ਹਾਂਜੀ ਸਾਡਾ ਜਿਹੜਾ ਤੀਜਾ ਸਭ ਤੋਂ ਛੋਟਾ ਬੱਚਾ ਆਇਆ ਉਹ ਸਾਡੀ ਪਲੈਨਿੰਗ ਵਿੱਚ ਨਹੀਂ ਸੀ ਹਾਂਜੀ ਉਹ ਜਦੋਂ ਹੋ ਗਿਆ ਉਹਦੇ ਨਾਲ 5-6 ਸਾਲ ਲੱਗ ਜਾਂਦੇ ਆ ਇੱਕ ਬੱਚੇ ਦੀ ਪਰਵਰਿਸ਼ ਦੇ ਵਿੱਚ ਨਾ ਉਹਦੇ ਨਾਲ ਪਲਾਨਸ ਜਿਹੜੀਆਂ ਹੈਗੀਆਂ ਉਹ ਸਾਰੀਆਂ ਜਿਹੜੀਆਂ ਮਤਲਬ ਥੜਕ ਗਈਆਂ ਨਹੀਂ ਤੇ ਮੈਂ ਤਾਂ ਇਹ ਤੋਂ ਵੀ ਅੱਗੇ ਜਾਣਾ ਚਾਹੁੰਦਾ ਸੀਗਾ ਸੋ ਮੇਰੇ ਅਸੀਂ ਚਾਰ ਦੋਸਤ ਸੀ ਬਚਪਨ ਦੇ ਮੇਰੇ ਤਿੰਨ ਦੋਸਤ ਅਮਰੀਕਾ ਵਿੱਚ ਹੈਗੇ ਆ ਉਹ ਦੋ ਡਾਕਟਰ ਹੈਗੇ ਆ ਇੱਕ ਜਿਹੜਾ ਬਿਜ਼ਨਸਮੈਨ ਹੈਗਾ ਕਹਿਣ ਤੋਂ ਪਾਵੇਗਾ ਕਿ ਅੱਗੇ ਤੋਂ ਅੱਗੇ ਰਸਤਾ ਹੁੰਦਾ ਜੇ ਤੁਸੀਂ ਚੱਲੋ ਮੈਨੂੰ ਨੌਕਰੀ ਬੈਂਕ ਦੇ ਵਿੱਚ ਮਿਲ ਗਈ ਸੀ ਬੈਂਕ ਦੇ ਵਿੱਚ ਮੇਰੀ ਤਨਖਾਹ ਜਿਹੜੀ ਸੀ ਉਹ ਉਸ ਵੇਲੇ ਲੈਕਚਰਰ ਦੀ ਤਨਖਾਹ ਨਾਲੋਂ ਜ਼ਿਆਦਾ ਸੀ ਹਾਂਜੀ ਹਾਂ ਪਰੰਤੂ ਮੈਂ ਇਹ ਮਨ ਚ ਧਾਰਿਆ ਹੋਇਆ ਸੀ ਕਿ ਮੈਂ ਯੂਨੀਵਰਸਿਟੀ ਵਿੱਚ ਦਾਖਲ ਹੋ ਕੇ ਐਮਏ ਕਰਨੀ ਹੈਗੀ ਆ ਸੋ ਮੈਂ ਉਸ ਨੌਕਰੀ ਦੀ ਪ੍ਰਵਾਹ ਨਹੀਂ ਕੀਤੀ ਫਿਰ ਕਿਉਂਕਿ ਜੇ ਉਦੇਸ਼ ਮਿੱਥ ਕੇ ਚੱਲੋ ਨਾ ਫਿਰ ਕੁਰਬਾਨੀਆਂ ਕਰਨੀਆਂ ਸੌਖੀਆਂ ਹੁੰਦੀਆਂ ਆ ਤੇ ਅੱਗੇ ਤੋਂ ਅੱਗੇ ਰਸਤਾ ਜਿਹੜਾ ਹੈ ਉਹ ਬਣਦਾ ਜਾਂਦਾ ਹੈ ਪਾਣੀ ਤੇ ਅੱਗ ਇਹਨਾਂ ਨੂੰ ਆਪਣਾ ਰਸਤਾ ਬਣਾਉਣ ਦੀ ਸੁਭਾਵਕ ਪ੍ਰਵਿਰਤੀ ਹੁੰਦੀ ਹੈ ਇਹਦੇ ਵਿੱਚ ਸੋ ਜੇਕਰ ਬੰਦਾ ਵੀ ਚੱਲੇ ਤਾਂ ਉਹ ਸੁਹਿਰਦ ਹੋ ਕੇ ਚੱਲੇ ਤਾਂ ਰਸਤਾ ਬਣਦਾ ਜਾਂਦਾ ਹੈ ਹਾਂਜੀ ਮੈਨੂੰ ਇਸ ਕਰਕੇ ਕਦੇ ਵੀ ਜ਼ਿੰਦਗੀ ਦੇ ਵਿੱਚ ਜੁਗਾੜ ਨਹੀਂ ਲਾਉਣਾ ਪਿਆ ਕਿਸੇ ਦੀ ਸਪਾਰਸ਼ ਨਹੀਂ ਪਾਉਣੀ ਪਈ ਸਾਰਾ ਕੁਝ ਜਿਹੜਾ ਸੀ ਸੁਭਾਵਕ ਟੰਗ ਦੇ ਨਾਲ ਹੁੰਦਾ ਗਿਆ ਮੈਂ ਸੰਗਰੂਰ ਰਹਿੰਦਿਆਂ ਦੋ ਐਮਏ ਕੀਤੀਆਂ ਉਹਨਾਂ ਦੇ ਆਧਾਰ ਉੱਤੇ ਮੈਂ ਯੂਨੀਵਰਸਿਟੀ ਵਿੱਚ ਆ ਗਿਆ ਕਿਉਂਕਿ ਮੈਂ ਕਰਨਾ ਚਾਹੁੰਦਾ ਸੀ ਬਾਕੀ ਸੱਤ ਜਿਹੜੇ ਸੀ ਸੱਤ ਬੰਦੇ ਸੀ ਜਿਹੜੇ ਪਟਿਆਲੇ ਤੋਂ ਰੋਜ਼ ਆਉਂਦੇ ਸੀ ਉਹ ਐਵੇਂ ਕਰਕੇ ਬੱਸ ਉਹ ਉਹਨਾਂ ਨੇ ਅੱਗੋਂ ਕੋਈ ਪੜ੍ਹਾਈ ਨਹੀਂ ਕੀਤੀ ਤੇ ਉਹ ਉਸ ਜੁੱਗੇ ਰਹਿ ਗਏ ਉਹਨੇ ਹੀ ਰਹਿ ਗਏ ਕੁਝ ਕਰੋਗੇ ਤਾਂ ਜਿਹੜਾ ਹੈ ਉਹਦਾ ਫਲ ਮਿਲੇਗਾ ਕੁਝ ਕਰੋਗੇ ਤਾਂ ਕੇਵਲ ਸਾੜਾ ਕਰਨ ਨਾਲ ਜਾਂ ਈਰਖਾ ਕਰਨ ਨਾਲ ਕਿਸੇ ਨਾਲ ਕੋਈ ਬੰਦਾ ਵਿਕਾਸ ਨਹੀਂ ਕਰਦਾ ਹੁੰਦਾ ਕੰਮ ਕਰੋ ਕੁਝ ਕੁ ਚੀਜ਼ਾਂ ਜਿਹੜੀਆਂ ਮੈਨੂੰ ਲੱਗੀਆਂ ਵੀ ਆ ਇਦੇ ਵਿੱਚ ਮੈਂ ਆਪਣੇ ਤੌਰ ਤੇ ਨਹੀਂ ਕਹੂੰਗੀ ਪਰ ਬਹੁਤ ਸਾਰੇ ਪਾਠਕ ਜਿਨ੍ਹਾਂ ਨੇ ਇਹ ਕਿਤਾਬ ਪੜ੍ਹੀ ਆ ਮੈਂ ਉਹਨਾਂ ਨਾਲ ਜਦੋਂ ਗੱਲ ਕੀਤੀ ਇਸ ਕਿਤਾਬ ਬਾਰੇ ਤਾਂ ਕਮੀਆਂ ਬਾਰੇ ਵੀ ਮੈਂ ਗੱਲ ਕਰਦੀ ਆ ਪਹਿਲੀ ਕਮੀ ਇੱਕ ਪਾਠਕ ਨੇ ਤੁਹਾਡੇ ਮਨਜੀਤ ਸਿੰਘ ਰਾਜਪੁਰਾ ਉਹਨਾਂ ਨੇ ਕਿਹਾ ਸੀ ਕਿ ਸਵੈ ਜੀਵਨੀ ਚ ਨਰਿੰਦਰ ਸਿੰਘ ਪੂਰ ਘਟਨਾਵਾਂ ਸ਼ੁਰੂ ਕਰਦੇ ਨੇ ਪਰ ਉਸ ਤੋਂ ਬਾਅਦ ਉਸ ਘਟਨਾ ਦਾ ਵੇਰਵਾ ਦਿੰਦੇ ਨੇ ਪਰ ਉਸ ਘਟਨਾ ਦਾ ਜਿਹੜਾ ਅੰਤ ਸੀ ਉਹ ਕੀ ਸੀ ਉਹ ਨਹੀਂ ਦੱਸਦੇ ਹਨਾ ਤਾਂ ਇਹਦੇ ਵਿੱਚ ਖਾਸ ਤੌਰ ਤੇ ਉਹ ਇੱਕ ਘਟਨਾ ਦਾ ਜ਼ਿਕਰ ਕਰਦੇ ਆ ਜਦੋਂ ਯੂਨੀਵਰਸਿਟੀ ਦੇ ਇੱਕ ਫੰਕਸ਼ਨ ਦੌਰਾਨ ਤੁਸੀਂ ਇੱਕ ਔਰਤ ਦੀ ਤਾਰੀਫ਼ ਕਰਦੇ ਹੋ ਉਸ ਤੋਂ ਬਾਅਦ ਉਹਨਾਂ ਨਾਲ ਤੁਹਾਡਾ ਥੋੜਾ ਜਿਹਾ ਮਸਲਾ ਪੈਦਾ ਹੁੰਦਾ ਉਸ ਤੋਂ ਬਾਅਦ ਸਬੰਧ ਨੇ ਜਿਹੜੇ ਬਹੁਤ ਸੌਖੇ ਹੋ ਗਏ ਹੈ ਨਾ ਤਾਂ ਉਹ ਕਹਿੰਦੇ ਬਹੁਤ ਸਾਰੀਆਂ ਔਰਤਾਂ ਦੇ ਜ਼ਿਕਰ ਨੇ ਪਰ ਲੁਕਵੇਂ ਜ਼ਿਕਰ ਨੇ ਉਹਨਾਂ ਨੇ ਸਵੈ ਜੀਵਨੀ ਵਿੱਚ ਵੀ ਖੁੱਲ੍ਹ ਕੇ ਨਹੀਂ ਲਿਖਿਆ ਆਪਣੇ ਸਬੰਧਾਂ ਬਾਰੇ ਬਹੁਤੀਆਂ ਔਰਤਾਂ ਨਾਲ ਮੇਰੇ ਜਿਹੜੇ ਉਹਨਾਂ ਦੇ ਸੰਪਰਕ ਵਿੱਚ ਆਇਆ ਮੈਂ ਉਹ ਕਿਸੇ ਉਦੇਸ਼ ਉਦੇਣ ਸੀ ਉਦੇਸ਼ ਉਹਦੇ ਨੇ ਮੀਨਸ ਮੈਂ ਇੱਕ ਕਿਤਾਬ ਪਲਾਨ ਕੀਤੀ ਸੀ ਜਿਹਦੇ ਵਿੱਚ ਔਰਤ ਤੇ ਮਰਦ ਦੇ ਸੰਬੰਧ ਜਿਹੜੇ ਸੀਗੇ ਉਹਨਾਂ ਦੇ ਵੱਖਰੇ ਵੱਖਰੇ ਜਿਹੜੇ ਪੱਖਨ ਉਹਨਾਂ ਬਾਰੇ ਮੈਂ ਇੱਕ ਕਿਤਾਬ ਲਿਖਾਂ ਮੇਰੇ ਪਬਲਿਸ਼ਰ ਨੇ ਵੀ ਕਿਹਾ ਸੀ ਤੇ ਉਸ ਸੰਬੰਧ ਵਿੱਚ ਮੈਂ ਉਹ ਬਹੁਤ ਸਾਰੀਆਂ ਔਰਤਾਂ ਦੇ ਸੰਪਰਕ ਵਿੱਚ ਆਇਆ ਪਹਿਲੀ ਗੱਲ ਤਾਂ ਇਹ ਸਮਝਣ ਦੀ ਲੋੜ ਹੈ ਕਿ ਜੇਕਰ ਤੁਸੀਂ ਕਿਸੇ ਨਾਲ ਰਿਲੇਸ਼ਨਸ਼ਿਪ ਡਿਵੈਲਪ ਕਰੋਗੇ ਤਾਂ ਉਹਦੇ ਵਿੱਚ ਬਹੁਤ ਵਕਤ ਜਿਹੜਾ ਨਾ ਚਾਹੀਦਾ ਹੁੰਦਾ ਹਾਂਜੀ ਉਹਨਾਂ ਵਕਤ ਹੁੰਦਾ ਨਹੀਂ ਹੈ ਸੋ ਮੈਂ ਇੱਕ ਉਦੇਸ਼ ਅਧੀਨ ਹੀ ਉਹਨਾਂ ਦੇ ਸੰਪਰਕ ਵਿੱਚ ਆਇਆ ਤੇ ਮੈਨੂੰ ਜਦੋਂ ਲੱਗਦਾ ਸੀ ਕਿ ਇਹ ਹੁਣ ਮੈਨੂੰ ਮੇਰੇ ਨਾਲ ਸੰਬੰਧ ਬਣਾਉਣਾ ਚਾਹੁੰਦੀ ਹੈ ਫਿਰ ਮੈਂ ਆਪ ਹੀ ਪਿੱਛੇ हट ਜਾਂਦਾ ਰਹਾਂ ਉਹਨਾਂ ਵਕਤ ਨਹੀਂ ਸੀਗਾ ਤੇ ਨਾਲੇ ਕੁਝ ਨਵਾਂ ਨਹੀਂ ਹੁੰਦਾ ਹੁੰਦਾ ਜਦੋਂ ਤੁਸੀਂ ਕਿਸੇ 2-3 ਕਿਸਮ ਦੇ ਐਕਸਪੀਰੀਅੰਸ ਤੁਹਾਨੂੰ ਹੋ ਜਾ ਤਾਂ ਫਿਰ ਤੁਸੀਂ ਜਾਣ ਜਾਂਦੇ ਹੋ ਕਹਿਣ ਤੋਂ ਪਾਵਿਆ ਗਿਆ ਕਿ ਮੈਨੂੰ ਬੰਦਿਆਂ ਨਾਲ ਡੀਲ ਕਰਨ ਦੇ ਮੁਕਾਬਲੇ ਕਿਤਾਬਾਂ ਜਿਹੜੀਆਂ ਉਹ ਜ਼ਿਆਦਾ ਤਸੱਲੀ ਦਿੰਦੀਆਂ ਹੂੰ ਸੋ ਬੰਦਿਆਂ ਨਾਲ ਮੈਂ ਉੱਥੇ ਤੱਕ ਹੀ ਜਾਂਦਾ ਸੀ ਜਿੱਥੇ ਤੱਕ ਮੈਨੂੰ ਉਹਨਾਂ ਤੋਂ ਕੁਝ ਮੁੱਲਵਾਨ ਜਿਹੜਾ ਸੀ ਪ੍ਰਾਪਤ ਹੁੰਦਾ ਸੀਗਾ ਮੈਂ ਜਿੰਨੀਆਂ ਵੀ ਇਸਤਰੀਆਂ ਦੇ ਸੰਪਰਕ ਵਿੱਚ ਆਇਆ ਮੈਂ ਇਹ ਕਹਿ ਸਕਦਾ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮੈਂ ਵੀ ਦੇ ਰੋਲ ਅਦਾ ਕੀਤਾ ਉਹਨਾਂ ਨੇ ਮੇਰੀ ਜ਼ਿੰਦਗੀ ਵਿੱਚ ਰੋਲ ਅਦਾ ਕਰਨ ਨਾਲ ਸੋ ਉਹ ਰਿਲੇਸ਼ਨਸ਼ਿਪ ਬਹੁਤਾ ਨਹੀਂ ਸੀ ਇਥੇ ਗਲਤੀਆਂ ਤੇ ਪਛਤਾਵੇ ਵੀ ਲਿਖੇ ਹੋਏ ਹੈਗੇ ਆ ਉਹਦੇ ਵਿੱਚ ਗਲਤੀਆਂ ਵੀ ਹੋਈਆਂ ਪਛਤਾਵੇ ਵੀ ਕੀਤੇ ਪਰੰਤੂ ਬਹੁਤ ਸਾਰੇ ਜਿਹੜੀਆਂ ਔਰਤਾਂ ਦੇ ਸੰਪਰਕ ਵਿੱਚ ਮੈਂ ਆਇਆ ਉਹ ਕਿਸੇ ਉਦੇਸ਼ ਉਦੇਮ ਸੀ ਮੈਂ ਕਹਿ ਚੁੱਕਿਆ ਪਹਿਲਾਂ ਉਦੇਸ਼ ਉਦੇਮ ਸੀ ਉਸ ਉਸ ਦੇ ਦੀ ਪੂਰਤੀ ਜਿਹੜੀ ਸੀ ਕਿਉਂਕਿ ਮੈਂ ਯੂਨੀਵਰਸਿਟੀ ਦੇ ਵਿੱਚ ਪੜਾਉਂਦਾ ਸੀ ਤੇ ਆਲੇ ਦੁਆਲੇ ਬਹੁਤ ਸਾਰੀਆਂ ਔਰਤਾਂ ਤੇ ਲੜਕੀਆਂ ਜਿਹੜੀਆਂ ਨਾ ਉਹ ਯੂਨੀਵਰਸਿਟੀ ਵਿੱਚ ਹੁੰਦੀਆਂ ਪਰੰਤੂ ਮੈਂ ਕਦੇ ਵੀ ਕਿਉਂ ਮੈਂ ਬੜੀ ਮੁਸ਼ਕਲ ਦੇ ਨਾਲ ਜਿਹੜਾ ਸੀ ਨਾ ਨੌਕਰੀਆਂ ਪ੍ਰਾਪਤ ਕੀਤੀਆਂ ਸੀ ਜਾਂ ਇਹਨਾਂ ਇੰਸਟੀਚੂਨਸ ਦੇ ਵਿੱਚ ਪਹੁੰਚਿਆ ਸੀ ਤੇ ਮੇਰਾ ਕੋਈ ਉਸ ਕਿਸਮ ਦਾ ਗੋਡ ਫਾਦਰ ਨਹੀਂ ਸੀ ਜਿਹੜਾ ਕਿ ਕਿਸੇ ਵੱਡੀ ਗਲਤੀ ਦੇ ਸੂਰਤ ਵਿੱਚ ਮੇਰੀ ਰੱਖਿਆ ਕਰਦਾ ਇਸ ਕਰਕੇ ਮੈਂ ਇਸ ਗੱਲ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਕਿ ਮੇਰੇ ਨਾਂ ਕੋਈ ਤੋਹਮਤ ਨਾ ਲੱਗੇ ਮੈਂ ਕਿਸੇ ਔਰਤ ਦੇ ਕਾਰਨ ਬਦਨਾਮ ਨਾ ਹੋਵਾਂ ਇਸ ਕਰਕੇ ਫਿਰ ਮੈਂ ਉਸ ਪੜਾਅ ਤੱਕ ਹੀ ਜਾਂਦਾ ਸੀ ਤੇ ਉਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਵਿਡਰਾ ਕਰ ਲੈਂਦਾ ਸੀ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ 4:30 ਮਿੰਟ ਤੇ ਫੈਸਲਾ ਕਰਦਾ ਸੀ ਤੇ 5 ਵਜੇ ਉਸਨੂੰ ਤੋੜ ਲੈਂਦਾ ਸੀ ਨਹੀਂ ਉਸ ਨੂੰ ਹੌਲੀ 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 ਜਿਦਾ ਉਸ ਨੂੰ ਕੰਮ ਲਾ ਕੇ ਉਸ ਨੂੰ ਇਨਸਪਾਇਰ ਕਰਕੇ ਮਿਸਾਲ ਦੇ ਤੌਰ ਤੇ ਇੱਕ ਉਹ ਦਮੈ ਨੂੰ ਲੈਟਰ ਆਇਆ ਲੈਟਰ ਉਹ ਬੀਏ ਸੀ ਮੈਂ ਪੁੱਛ ਲੈਂਦਾ ਸੀ ਸ਼ੁਰੂ ਵਿੱਚ ਚਿੱਠੀ ਲਿਖਣ ਦਾ ਰਿਵਾਜ ਸੀ ਮੈਂ ਤੂੰ ਕੀ ਪੜਿਆ ਜੇ ਉਹ ਬੀਏ ਪੜਿਆ ਹੁੰਦਾ ਸੀ ਨਾ ਤੇ ਫਿਰ ਮੈਂ ਉਸ ਨੂੰ ਕਹਿੰਦਾ ਸੀ ਕਿ ਅਗਲੀ ਚਿੱਠੀ ਨਾ ਐਵੇਂ ਕਰਕੇ ਲਿਖੀ ਮੈਨੂੰ ਹਾਂਜੀ ਮੈਂ ਚਾਹੁੰਦਾ ਕਿ ਤੂੰ ਐਵੇਂ ਕਰੇ ਐਵੇਂ ਕਰਕੇ ਲਿਖੀ ਮਤਲਬ ਇਸ ਤਰੀਕੇ ਨਾਲ ਮੈਂ ਉਸ ਨੂੰ ਕੰਮ ਲਾ ਕੇ ਉਹ ਫਿਰ ਕਈ ਵਾਰੀ ਉਹ ਐਵੇਂ ਕਰਨ ਤੋਂ ਬਾਅਦ ਚਿੱਠੀ ਆਉਂਦੀ ਹਾਂਜੀ ਆਈ ਵੀ ਸੋ ਮੈਂ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਰੋਲ ਅਵਾ ਕੀਤਾ ਉਹਨਾਂ ਨੂੰ ਕੁਝ ਦਿੱਤਾ ਹੀ ਹਾਂਜੀ ਉਹਨਾਂ ਨੂੰ ਇਨਸਪਾਇਰ ਕੀਤਾ ਮੋਟੀਵੇਟ ਕੀਤਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਕੋਈ ਪ੍ਰੋਗਰਾਮ ਦੱਸਿਆ ਇਹ ਮੇਰੀ ਸ਼ੁਰੂ ਤੋਂ ਹੀ ਆਦਤ ਰਹੀ ਹੈਗੀ ਹੈ ਕਈ ਵਾਰੀ ਮੈਂ ਕਹਿ ਵੀ ਦਿੰਦਾ ਉਹਨਾਂ ਨੂੰ ਤੇ ਫੀਸ ਮੈਂ ਭਰ ਦਿਆਂਗਾ ਤੂੰ ਪੜ੍ਹਾਈ ਕਰ ਹਾਂ ਕਈ ਲੋਕ ਕਹਿੰਦੇ ਸੀ ਕਿ ਮੇਰੇ ਕੋਲ ਪੈਸੇ ਨਹੀਂ ਹੈ ਜਾਂ ਇਹ ਨਹੀਂ ਹੈ ਤੇ ਉਹ ਮੈਂ ਉਹਨਾਂ ਨੂੰ ਆਫਰ ਕਰਦਾ ਸੀਗਾ ਤਾਂ ਕਿ ਉਹ ਕੁਝ ਕਰਨ ਕੁਝ ਕਰਨ ਸੋ ਕਿ ਕਿਹੜੀ ਔਰਤ ਦੇ ਨਾਲ ਸੰਬੰਧ ਬਣਾਉਣ ਦੀ ਮੇਰੀ ਕਦੇ ਇੱਛਾ ਨਹੀਂ ਹੋਈ ਵਿਆਹ ਤੋਂ ਬਾਅਦ ਕਿਉਂਕਿ ਮੈਂ ਕੁਝ ਕਰਨਾ ਚਾਹੁੰਦਾ ਸੀ ਸੋ ਮੇਰੇ ਸਾਹਮਣੇ ਇੱਕ ਉਦੇਸ਼ ਸੀ ਉਸ ਉਦੇਸ਼ ਦੀ ਪੂਰਤੀ ਵਾਸਤੇ ਮੈਂ ਬਹੁਤਾ ਕੁਝ ਕੀਤਾ ਤੇ ਉਹਦੇ ਵਾਸਤੇ ਕੁਰਬਾਨੀਆਂ ਵੀ ਕਰਨੀਆਂ ਪੈਂਦੀਆਂ ਇੱਕ ਪਾਠਕ ਤੁਹਾਡੇ ਲਿਖਦੇ ਨੇ ਕਿ ਨਰਿੰਦਰ ਸਿੰਘ ਕਪੂਰ ਹੁਣਾਂ ਦੀਆਂ ਕਿਤਾਬਾਂ ਬਹੁਤ ਮਹਿੰਗੀਆਂ ਹੁੰਦੀਆਂ ਨੇ ਮਹਿੰਗੀਆਂ ਹੁੰਦੀਆਂ ਇਹ ਠੀਕ ਹੈ ਇਓ ਹੈ ਕਿ ਜਿਵੇਂ ਇਹ ਕਿਤਾਬ ਹੈ ਨਾ ਇਹਦੀ ਕੀਮਤ 300 ਛਾਪੀ ਹੋਈ ਹੈ। ਹਾਂਜੀ। ਮੈਂ ਆਪਣੇ ਪਬਲਿਸ਼ਰ ਦੇ ਨਾਲ ਦੋ ਤਿੰਨ ਵਾਰੀ ਇਹ ਗੱਲ ਕੀਤੀ ਵੀ ਇਸ ਦੀ ਕੀਮਤ 200 ਰੁਪਏ ਰੱਖਣਾ। ਪਬਲਿਸ਼ਰ ਦੀ ਅਗੋਂ ਸਮੱਸਿਆ ਇਹ ਹੈਗੀ ਹੈ ਕਿ ਉਹ ਬੁੱਕ ਸੈਲਰਸ ਨੂੰ ਅੱਧੀ ਕੀਮਤ ਤੇ ਕਿਤਾਬਾਂ ਦਿੰਦੇ ਆ। ਇਹ ਕਿਤਾਬ ਜਿਹੜੇ ਬੁੱਕ ਸੈਲਰ ਨੂੰ 150 ਰੁਪਏ 'ਚ ਮਿਲਦੀ ਆ। ਹਾਂਜੀ। 150 ਰੁਪਏ 'ਚ ਮਿਲਦੀ ਆ ਤੇ ਬੁੱਕ ਸੈਲਰ ਜਿਹੜਾ ਹੈ ਉਹ ਆਮ ਤੌਰ ਤੇ 200 ਰੁਪਏ ਦੀ ਇਸ ਕਿਤਾਬ ਨੂੰ ਵੇਚਦਾ ਹੈਗਾ 200 ਰੁਪਏ ਦੀ ਸੋ ਓਵਰਹੈਡ ਜਿਹੜੇ ਐਕਸਪੈਂਸਸ ਐ ਨਾ ਉਹਨਾਂ ਦੇ ਉਹ ਜਰ ਹੁਣ ਬਹੁਤ ਸਾਰੇ ਜਿਹੜੇ ਪਾਠਕ ਹੈਗੇ ਆ ਉਹ ਮੇਰੀਆਂ ਸਾਰੀਆਂ ਕਿਤਾਬਾਂ ਖਰੀਦਣੀਆਂ ਜਿਹੜੀਆਂ ਨਾ ਉਹ ਪਸੰਦ ਕਰਦੇ ਹੈਗੇ ਆ ਘਰ ਦੇ ਵਿੱਚ ਲਾਇਬ੍ਰੇਰੀ ਜਿਹੜੀ ਐ ਬਣਾਉਣੀ ਚਾਹੁੰਦੇ ਹੈਗੇ ਉਸ ਦੇ ਸਬੰਧ ਦੇ ਵਿੱਚ ਪਬਲਿਸ਼ਰ ਜਿਹੜਾ ਮੇਰਾ ਹੋਰ ਰਿਆਇਤ ਦਿੰਦਾ ਉਹਨਾਂ ਨੂੰ 10 20% ਹੋਰ ਰਿਆਇਤ ਦੇ ਦਿੰਦਾ ਸੋ ਇਹ ਕਿਤਾਬਾਂ ਮਹਿੰਗੀਆਂ ਹੋਣ ਦੀ ਗੱਲ ਜਿਹੜੀ ਐ ਕਿਸੇ ਹੱਦ ਤੱਕ ਬਹੁਤ ਠੀਕ ਹੈ ਪਰੰਤੂ ਪਬਲਿਸ਼ਰ ਦੀਆਂ ਆਪਣੀਆਂ ਮਜਬੂਰੀਆਂ ਹੁੰਦੀਆਂ ਤੇ ਮੇਰਾ ਯਤਨ ਹੁੰਦਾ ਕਈ ਵਾਰੀ ਕੋਈ ਜੇਕਰ ਕਹੇ ਕਿ ਮੈਂ ਕਿਤਾਬ ਨਹੀਂ ਖਰੀਦ ਸਕਦਾ ਮੈਂ ਉਹਨੂੰ ਆਪ ਖਰੀਦ ਕੇ ਦੇ ਵੀ ਦਿੰਦਾ ਹੈਗਾ ਆਪਣੇ ਕੋਲ ਮੇਰੇ ਕੋਲ ਕਿਤਾਬ ਹੋਵੇ ਤੇ ਮੈਂ ਉਸ ਨੂੰ ਦੇ ਦਿੰਦਾ ਹੈਗਾ ਸੋ ਇਹ ਹੈ ਸਭ ਕੁਝ ਵੀ ਮਹਿੰਗਾ ਹੋਇਆ ਹੋਇਆ ਮੇਰਾ ਵਾਸਤੇ ਲੇ ਤਾਂ ਮੈਂ ਤਾਂ ਆਪਣੀਆਂ ਕਿਤਾਬਾਂ ਮੁਫਤ ਦਿਆ ਹਾਂ ਜੀ ਇੱਕ ਚੀਜ਼ ਜਿਹੜੀ ਮੈਨੂੰ ਬਹੁਤ ਜ਼ਿਆਦਾ ਲੱਗੀ ਮੈਨੂੰ ਲੱਗਿਆ ਵੀ ਇਹ ਕਾਲੀ ਚ ਕੀਤਾ ਹੋਇਆ ਕੰਮ ਸੀਗਾ ਤੁਸੀਂ ਬਹੁਤ ਕਾਲ ਦੇ ਵਿੱਚ ਕਿਤਾਬ ਲਿਖੀ ਆ ਤੇ ਜਿਹਦੇ ਕਰਕੇ ਮੈਨੂੰ ਲੱਗਿਆ ਕਿ ਘਟਨਾਵਾਂ ਨੂੰ ਵੰਡਿਆ ਨਹੀਂ ਗਿਆ ਹਨ ਤੁਸੀਂ ਜਦੋਂ ਕਦੀ ਮਤਲਬ ਤੁਸੀਂ ਆਪਣੀ ਜਵਾਨੀ ਦਾ ਦੌਰ ਲਿਖ ਰਹੇ ਹੋ ਜਿੱਥੇ ਤੁਸੀਂ ਸੰਗਰੂਰ ਕਾਲਜ ਦੀਆਂ ਗੱਲਾਂ ਆ ਉਸ ਤੋਂ ਬਾਅਦ ਯੂਨੀਵਰਸਿਟੀ ਚੋਂ ਪਾਇੰਟ ਹੋਣ ਦੀਆਂ ਗੱਲਾਂ ਆਪਣੇ ਬੱਚਿਆਂ ਨੂੰ ਪਾਲਣ ਦੀਆਂ ਗੱਲਾਂ ਉਸ ਦੌਰ ਨੂੰ ਲਿਖਦੇ ਹੋ ਤਾਂ ਉਹਦੇ ਨਾਲ ਨਾਲ ਹੀ ਕਦੀ ਉਸੇ ਪਲ ਤੁਸੀਂ ਬਚਪਨ ਚ ਪਹੁੰਚ ਜਾਂਦੇ ਹੋ ਬਚਪਨ ਦੀ ਇੱਕ ਘਟਨਾ ਦਾ ਵੇਰਵਾ ਦੇਣ ਲੱਗਦੇ ਹੋ ਹਨ ਤੇ ਜਦੋਂ ਤੁਸੀਂ ਉਮਰ ਦੇ ਅਖੀਰੀ ਪੜਾਅ ਦੌਰਾਨ ਬਹੁਤ ਸਾਰੇ ਦੇਸ਼ਾਂ ਦੀ ਸੈਰ ਕਰ ਰਹੇ ਹੋ ਤਾਂ ਉਸ ਵਕਤ ਵੀ ਤੁਸੀਂ ਉਹ ਘਟਨਾਵਾਂ ਲਿਖ ਰਹੇ ਹੋ ਜਿਹੜੀਆਂ ਤੁਹਾਡੀਆਂ ਵਿਆਹ ਤੋਂ ਪਹਿਲਾਂ ਵਾਪਰੀਆਂ ਜਿਵੇਂ ਗਿਆਨੀ ਜੈਲ ਸਿੰਘ ਹੁਣਾ ਨਾਲ ਤੁਹਾਡੀ ਇੱਕ ਖਾਸ ਮੁਲਾਕਾਤ ਦੋਸਤ ਦੇ ਰਿਸ਼ਤੇ ਦੇ ਸਬੰਧ ਚ ਹੈ ਨਾ ਤਾਂ ਮੈਨੂੰ ਲੱਗਿਆ ਕਿ ਕਟਣਾਵਾਂ ਨੂੰ ਪੜਾਦਰ ਪੜਾ ਲਿਖਿਆ ਜਾਣਾ ਚਾਹੀਦਾ ਸੀ ਤੁਹਾਨੂੰ ਵੀ ਲੱਗਦਾ ਕਿ ਇਹ ਕਾਲ ਚ ਕੀਤਾ ਹੋਇਆ ਕੰਮ ਨਹੀਂ ਐਵੇਂ ਨਹੀਂ ਇਹ ਜਿਵੇਂ ਇਹ ਕਿਤਾਬ ਹੈ ਨਾ ਮੈਂ ਤੁਹਾਨੂੰ ਕਾਰਨ ਦੱਸਦਾ ਹੁਣ ਇੱਥੇ ਤਿੰਨ ਕੈਮਰੇ ਲੱਗੇ ਹੋਏ ਹਨ ਹਾਂਜੀ ਬੈਨੇਗਲ ਇੱਕ ਹੋਏ ਹੈਗੇ ਆ ਉਹਨਾਂ ਨੇ ਇੱਕ ਸੀਨ ਲੈਣਾ ਸੀ ਉਹਦੇ ਵਿੱਚ 30 40 ਕੈਮਰੇ ਲਾਈਵ ਹੋਏ ਸੀ ਉਹਨਾਂ ਨੇ ਕਿਸੇ ਨੇ ਕਿਹਾ ਕਿ ਤੁਸੀਂ ਇੰਨੇ ਕੈਮਰੇ ਕਿਉਂ ਲਾਏ ਹੋਏ ਆ ਤਾਂ ਉਸਨੇ ਕਿਹਾ ਰਿਐਲਿਟੀ ਜਿਹੜੀ ਹੈ ਨਾ ਇਤਨੀ ਕੰਪਲੈਕਸ ਹੈ ਕਿ ਉਸ ਨੂੰ ਬੜੇ ਵੱਖਰੇ ਵੱਖਰੇ ਐਂਗਲਸ ਤੋਂ ਜਿਹੜਾ ਨਾ ਪ੍ਰੈਜ਼ੈਂਟ ਕਰਨਾ ਪੈਂਦਾ ਹਾਂ ਹਾਂਜੀ ਜੇਕਰ ਮੈਂ ਨਿਰੰਤਰ ਇੱਕ ਸਟੋਰੀ ਦੇ ਰੂਪ ਦੇ ਵਿੱਚ ਇੱਕ ਵਾਹੋ ਦੇ ਰੂਪ ਦੇ ਵਿੱਚ ਲਿਖਾਂ ਉਹਦੇ ਵਿੱਚ ਵੈਰਾਈਟੀ ਨਹੀਂ ਆਉਂਦੀ ਹੈ ਹਾਂਜੀ ਜੇ ਮਾਲਾ ਮਣਕੇ ਨੇ ਮੈਨੂੰ ਕਈਆਂ ਨੇ ਕਿਹਾ ਕਿ ਤੁਸੀਂ ਵੱਖਰੇ ਵੱਖਰੇ ਟੌਪਿਕਸ ਲੈ ਕੇ ਨਾ ਉਹ ਜਿਹੜੀਆਂ ਕੋਟੇਸ਼ਨਸ ਹੈਗੀਆਂ ਉਹਨਾਂ ਨੂੰ ਵੱਖਰੇ ਵੱਖਰੇ ਹੈਡਿੰਗਸ ਦੇ ਥੱਲੇ ਲਿਖੋ ਉਹ ਤਾਂ ਉਹ ਕਿਤਾਬ ਬੋਰਿੰਗ ਹੋ ਜਾਏਗੀ ਮਾਰ ਮੰਕਾ ਜਦੋਂ ਤੁਸੀਂ ਪੜ੍ਹਦੇ ਹੋ ਨਾ ਤੁਸੀਂ ਜਿਹੜੀ ਲਾਈਨ ਪੜ੍ਹਦੇ ਹੋ ਤੁਹਾਨੂੰ ਨਹੀਂ ਪਤਾ ਹੁੰਦਾ ਇਹ ਤੋਂ ਅਗਲੀ ਲਾਈਨ ਕੀ ਹੈ ਇਹ ক্রিকেট ਦੀ ਖੇਡ ਦੇ ਵਿੱਚ ਇਹ ਦੇਖਣਾ ਹੁੰਦਾ ਹੈ ਕਿ ਅਗਲੀ ਬਾਲ ਨਾਲ ਕੀ ਵਾਪਰਦਾ ਹੈ ਅਗਲੀ ਬਾਲ ਨਾਲ ਜਿਹੜਾ ਹੈ ਉਹ ਪਲੇਅਰ ਆਊਟ ਹੋ ਜਾਏਗਾ ਜਾਂ ਛੱਕਾ ਮਾਰੇਗਾ ਜਾਂ ਚੌਕਾ ਮਾਰੇਗਾ ਜਾਂ ਕੁਝ ਕਰੇਗਾ ਮਤਲਬ ਕਿ ਇਹ ਜਿਹੜਾ ਸਸਪੈਂਸ ਹੈ ਨਾ ਇਹ ਬਣਾਈ ਰੱਖਣਾ ਚਾਹੀਦਾ ਹੈਗਾ ਇਹ ਇੱਕ ਟੈਕਨੀਕ ਹੈਗੀ ਆ ਜਿਹੜੀ ਕਿ ਮੈਂ ਵਰਤੀ ਆ ਇਹ ਨੁਕਸ ਨਹੀਂ ਹੈ ਇਹ ਉਹਦੇ ਵਿੱਚ ਦੋ ਜਨ ਲੱਭੋ ਮਤਲਬ ਕਿ ਅੱਗੇ ਪਿੱਛੇ ਜਿਹੜਾ ਹੈ ਨਾ ਉਹ ਜਿਹਨੂੰ ਕਹਿੰਦੇ ਨਾ ਇੱਕ ਟੀਵੀ ਦੇ ਵਿੱਚ ਇੱਕ ਮਿੰਟ ਦੇ ਵਿੱਚ ਕਈ ਵਾਰੀ 10-10 ਸੀਨ ਦਿਖਾ ਦਿੰਦੇ ਹੈਗੇ ਸੋ ਇਹ ਇੱਕ ਟੈਕਨੀਕ ਦੇ ਤੌਰ ਤੇ ਮੈਂ ਵਰਤੀ ਹੈਗੀ ਹੈ ਇਹ ਮੈਨੂੰ ਪਬਲਿਸ਼ਰ ਨੇ ਕਿਹਾ ਸੀ ਕਿ ਹੁਣ ਕਹਾਣੀ ਦੇ ਰੂਪ ਵਿੱਚ ਸਵੈ ਜੀਵਨੀਆਂ ਜਿਹੜੀਆਂ ਨਾ ਉਹ ਨਹੀਂ ਲਿਖੀਆਂ ਜਾਂਦੀਆਂ ਇਹ ਠੀਕ ਹੈ ਇਹਦੇ ਵਿੱਚ ਵੀ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈਗੇ ਆ ਕਿ ਇਹ ਇਨਸੀਡੈਂਟ ਨੂੰ ਅੱਗੇ ਪਰ ਉਹ ਇਨਸੀਡੈਂਟਸ ਇਤਨੇ ਹੈਗੇ ਆ ਕਿ ਮੈਂ ਉਹਨਾਂ ਨੂੰ ਕਿਵੇਂ ਅਰੇਂਜ ਕਰਾਂ ਹਾਂ ਸੋ 5 10 ਇਹੋ ਜਿਹੇ ਇਨਸੀਡੈਂਟ ਹੋਣਗੇ ਜਿਨ੍ਹਾਂ ਦੇ ਬਾਰੇ ਇਹ ਗੱਲ ਕਹੀ ਜਾ ਸਕਦੀ ਹੈ ਪਰੰਤੂ ਇਹ ਮੇਰੀ ਸੋਚੀ ਹੋਈ ਟੈਕਨੀਕ ਸੀ ਕਿ ਮੈਂ ਇਵੇਂ ਲਿਖਾਂਗਾ ਵੀ ਕੋਈ ਗੱਲ ਜਿਹੜੀ ਹੈ ਉਸ ਉਹ ਰੋਸ਼ਨੀ ਆਨ ਹੋ ਗਈ ਉਹ ਰੋਸ਼ਨੀ ਆਨ ਹੋ ਗਈ ਉਹ ਰੋਸ਼ਨੀ ਆਨ ਹੋ ਗਈ ਤੇ ਉਸ ਦੇ ਨਾਲ ਫਿਰ ਉਹ ਥਾਂ ਜਿਹੜੀ ਦਿਸਣ ਲੱਗ ਜਿੰਦੀ ਆ ਦੂਜੀ ਥਾਂ ਦਿਸਣ ਇੱਕ ਟੈਕਨਿਕ ਦੇ ਤੌਰ ਤੇ ਵਰਤੀ ਗਈ ਇਹ ਸੁਚੇਤ ਰੂਪ ਦੇ ਵਿੱਚ ਵਰਤੀ ਗਈ ਇਹ ਨੁਕਸ ਨਹੀਂ ਹੈ ਹਾਂਜੀ ਕਿਤੇ ਕਿਤੇ ਕਟਨਾਵਾਂ ਦਾ ਦੁਹਰਾਵ ਵੀ ਲੱਗ ਰਿਹਾ ਹਾਂ ਦੁਹਰਾਓ ਹੈ ਉਹ ਦੁਹਰਾਓ ਮੈਂ ਰਿਵਾਈਜ਼ ਕਰ ਰਹੇ ਹਾਂ ਅਗਲੇ ਐਡੀਸ਼ਨ ਦੇ ਵਿੱਚ ਉਹ ਦੁਹਰਾਓ ਵਾਲੀਆਂ 10 12 ਗੱਲਾਂ ਜਿਹੜੀਆਂ ਹੈਗੀਆਂ ਉਹ ਡਿਲੀਟ ਹੋ ਜਾਣਗੀਆਂ ਉਹ ਕੱਢ ਦਿੱਤੀਆਂ ਜਾਣਗੀਆਂ ਇਹ ਸੀ ਅਸਲ ਚ ਕਟਨਾਵਾਂ ਜਿਹੜੀਆਂ ਨਾ ਉਹ ਇੰਨੀਆਂ ਕਿਉਂਕਿ ਇੱਕ ਬੰਦੇ ਨਾਲ ਹੀ ਵਾਪਰਦੀਆਂ ਨਾ ਉਹਨ ਤੋਂ ਦੇਖੋ ਵੀ ਅਸੀਂ ਨਾ 500 ਬੰਦਿਆਂ ਨੂੰ ਜਾਣਦੇ ਹੁੰਦੇ ਆ। ਹਾਂਜੀ। ਪਰੰਤੂ ਆਪਣੀ ਜ਼ਿੰਦਗੀ ਜਿਹੜੀ ਐ ਨਾ ਅਸੀਂ 4-5 ਬੰਦਿਆਂ ਦੇ ਵਿੱਚ گزارਦੇ ਆਂ, ਪਰਿਵਾਰ ਦੇ ਵਿੱਚ گزارਦੇ ਆਂ। ਹੂੰ। ਉਹਦੇ ਵਿੱਚ ਇੱਕੋ ਗੱਲ ਜਿਹੜੀ ਐ ਨਾ ਕਈ-ਕਈ ਦਿਨ, ਕਈ-ਕਈ ਰੂਪਾਂ ਦੇ ਵਿੱਚ, ਕਈ-ਕਈ ਕੋਨਾਂ ਤੋਂ, ਕਈ-ਕਈ ਰੈਫਰੈਂਸੇਜ਼ ਦੇ ਨਾਲ ਆਉਂਦੀ ਰਹਿੰਦੀ ਹੈਗੀ ਆ। ਸੋ ਉਸ ਦੇ ਵਿੱਚ ਕੀ ਹੈਗਾ ਕਿ ਰੈਪੀਟਿਸ਼ਨ ਦੀ ਗੱਲ ਕਿਤੇ ਅਸੀਂ ਹਾਂਜੀ। ਹੂੰ। ਔਰ ਰੈਪੀਟੀਸ਼ਨ ਜਿਹੜੀ ਨਾ ਆ ਜਾਂਦੀ ਹੈ ਆਉਣੇ ਨਹੀਂ ਚਾਹੀਦੀ ਹੂੰ ਸੋ ਰੈਪੀਟੀਸ਼ਨ ਤਾਂ ਮੈਂ ਰਿਮੂਵ ਕਰ ਦਿੱਤੀ ਹੈ ਪਰੰਤੂ ਉਹਦੇ ਜਗ੍ਹਾ ਤੇ ਗੱਲ ਉਹੀ ਹੈ ਪਰੰਤੂ ਉਹਦੀ ਵਰਡਿੰਗ ਬਦਲ ਦਿੱਤੀ ਹੈ ਇਸ ਕਰਕੇ ਉਹ ਰੈਪੀਟੀਸ਼ਨ ਪ੍ਰਤੀਤ ਨਹੀਂ ਹੋਏਗੀ ਹੂੰ ਤੇ ਇੱਕ ਕੁੜੀ ਨਾਲ ਜਦੋਂ ਮੈਂ ਇਸ ਕਿਤਾਬ ਬਾਰੇ ਗੱਲ ਕੀਤੀ ਉਹ ਤੁਹਾਨੂੰ ਬਹੁਤ ਲੰਮੇ ਸਮੇਂ ਤੋਂ ਪੜਦੇ ਨੇ ਹਨਾ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਇਹੋ ਜਿਹਾ ਹਾਦਸਾ ਵਾਪਰਿਆ ਸੀ ਕਿ ਉਸ ਵਕਤ ਉਹਨਾਂ ਨੂੰ ਲੱਗਿਆ ਸੀ ਕਿ ਉਹ ਟੁੱਟ ਚੁੱਕੇ ਨੇ ਤਾਂ ਉਹਨਾਂ ਦੀ ਭੈਣ ਨੇ ਇੱਕ ਕਿਤਾਬ ਉਹਨਾਂ ਨੂੰ ਗਿਫਟ ਕੀਤੀ ਜਿਹੜੀ ਤੁਹਾਡੇ ਦੁਆਰਾ ਲਿਖੀ ਹੋਈ ਸੀ ਅੰਤਰ ਝਾਤ ਹਨਾ ਤਾਂ ਉਹ ਕਹਿੰਦੇ ਵੀ ਉਹ ਪੜਨ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਚੜ੍ਹਦੀ ਕਲਾ ਚ ਹੋ ਗਈ ਤੇ ਉਸ ਤੋਂ ਬਾਅਦ ਮੈਂ ਕਪੂਰ ਸਾਹਿਬ ਦੀਆਂ ਸਾਰੀਆਂ ਕਿਤਾਬਾਂ ਪੜੀਆਂ ਤੇ ਅੱਜ ਉਹ ਬਹੁਤ ਨਾਰਮਲ ਮਤਲਬ ਮੈਂਟਲੀ ਬਹੁਤ ਨਾਰਮਲ ਨੇ ਪਰ ਜਦੋਂ ਮੈਂ ਇਸ ਕਿਤਾਬ ਨੂੰ ਪੜਿਆ ਜਾਂ ਹੁਣ ਉਹਨਾਂ ਨੇ ਵੀ ਪੜਿਆ ਤਾਂ ਉਹ ਕਹਿੰਦੇ ਵੀ ਇੱਥੇ ਲੱਗਿਆ ਵੀ ਹੁਣ ਆਪਦੇ ਅਖੀਰਲੇ ਸਮੇਂ 'ਚ ਜਿਹੜਾ ਤੁਹਾਡਾ ਇਹ ਦੌਰ ਚੱਲ ਰਿਹਾ ਹੈ ਨਾ ਉਮਰ ਦਾ ਇਹ ਪੜਾ ਕਿ ਕਪੂਰ ਸਾਹਿਬ ਬੋਟਨ ਦੀ ਕਲਾ 'ਚ ਨੇ ਵੀ ਜੋ ਸਾਰੀ ਉਮਰ ਉਹ ਚੜ੍ਹਦੀ ਕਲਾ ਵਾਲੀਆਂ ਚੀਜ਼ਾਂ ਲਿਖਦੇ ਰਹੇ ਨੇ ਕੁਦਰਤ ਨਾਲ ਉਹਨਾਂ ਨੂੰ ਕੋਈ ਸ਼ਿਕਾਇਤ ਨਹੀਂ ਰਹੀ ਸਮਾਜ ਨਾਲ ਨਹੀਂ ਪਰ ਇਸ ਵਕਤ ਤੁਸੀਂ ਟੈਂ ਦੀ ਕਲਾ 'ਚ ਮਹਿਸੂਸ ਹੁੰਦੇ ਹੋ ਇਹ ਇਹ ਮੈਂ ਇਹਦੇ ਬਾਰੇ ਗੱਲ ਕਰਦੇ ਹਾਂਜੀ ਨਰਾਸ਼ਤਾ ਦੇ ਗੱਲ ਕਰਨੇ ਵੀ ਚੜ੍ਹਦੀ ਕਲਾ ਦਾ ਨਿਸ਼ਾਨੀ ਹੁੰਦੀ ਹੁੰਦੀ ਹੈ ਕਿਉਂਕਿ ਨਰਾਸ਼ਤ ਜਿਸ ਤੇ ਹੀ ਹੈ ਮੈਨੂੰ ਮੈਨੂੰ ਪਤਾ ਹੈ ਕਿ ਮੈਂ 4-5 ਸਾਲਾਂ ਦੇ ਵਿੱਚ ਮਰ ਜਾਵਾਂਗਾ ਮਤਲਬ ਕਿ ਜੇ ਮੈਂ ਇਸ ਨੂੰ ਨਾ ਮੰਨਾ ਤਾਂ ਇਹ ਕੋਈ ਚੜ੍ਹਦੀ ਕਲਾ ਨਹੀਂ ਹੈਗੀ ਚੜ੍ਹਦੀ ਕਲਾ ਦਾ ਮਤਲਬ ਇਹ ਨਹੀਂ ਹੈ ਮਤਲਬ ਬਹਾਦਰ ਕਿਸ ਨੂੰ ਕਹਿੰਦੇ ਹੈ ਬਹਾਦਰ ਉਹ ਹੈਗਾ ਉਹ ਖਤਰੇ ਨੂੰ ਖਤਰਾ ਸਮਝਦਾ ਹੈ ਇਹ ਨਹੀਂ ਹੈ ਕਿ ਉਹ ਇੱਕ ਮਕਾਨ ਨੂੰ ਅੱਗ ਲੱਗੀ ਹੋਈ ਹੈ ਮਿਸਾਲ ਦੇ ਤੌਰ ਤੇ ਉਹਦੇ ਵਿੱਚ ਇੱਕ ਬੱਚਾ ਹੈ ਤੇ ਮਾਂ ਜਿਹੜੀ ਰੋ ਰਹੀ ਹੈ ਤੇ ਇੱਕ ਬੰਦਾ ਆਉਂਦਾ ਉਹ ਬੰਦਾ ਆਉਂਦਾ ਤੇ ਅੰਦਰ ਚਲਾ ਜਾਂਦਾ ਹੈਗਾ ਤੇ ਉਹ ਆਪ ਵੀ ਚੁਲਸਿਆ ਜਾਂਦਾ ਤੇ ਮਰ ਜਾਂਦਾ ਹੈ ਇੱਕ ਹੋਰ ਬੰਦਾ ਆਉਂਦਾ ਉਹ ਕੈਲਕੂਲੇਟ ਕਰਦਾ ਉਹ ਦੇਖਦਾ ਸਿਚੁਏਸ਼ਨ ਕੀ ਹੈ ਉਹ ਉਸ ਸਿਚੁਏਸ਼ਨ ਨੂੰ ਸਟੱਡੀ ਕਰਕੇ ਫਿਰ ਅੰਦਰ ਜਾਂਦਾ ਹੈ ਉਹ ਬੱਚੇ ਨੂੰ ਕੱਢ ਲੈਂਦਾ ਕਹਿਣ ਤੋਂ ਭਾਵ ਹੈਗਾ ਕਿ ਚੜ੍ਹਦੀ ਕਲਾ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਜ਼ਿੰਦਗੀ ਦੀਆਂ ਹਕੀਕਤਾਂ ਪ੍ਰਤੀ ਮੁੱਖ ਮੋੜ ਲਵਾਂ ਜਾਂ ਉਹਨਾਂ ਵੱਲ ਪਿੱਠ ਕਰ ਦੇਵਾਂ ਮਤਲਬ ਉਹਨਾਂ ਨੂੰ ਮੰਨਣਾ ਵੀ ਜਿਹੜਾ ਹੈ ਚੜ੍ਹਦੀ ਕਲਾ ਹੈਗੀ ਹੈ ਮੈਨੂੰ ਪਤਾ ਹੈ ਕਿ ਮੇਰੀ ਜ਼ਿੰਦਗੀ ਦੇ ਹੁਣ 4-5 ਸਾਲ ਹੀ ਹਨ ਉਹਨਾਂ 4-5 ਸਾਲਾਂ ਦੇ ਵਿੱਚ ਉਹਦੇ ਨਾਲ ਅਲਾਮਤਾਂ ਜਿਹੜੀਆਂ ਆਉਣ ਲੱਗ ਪਈਆਂ ਹਨ ਮਿਸਾਲ ਦੇ ਤੌਰ ਤੇ ਹੁਣ ਉਹਨੇ ਹਿਲਜੁਲ ਨਹੀਂ ਹੁੰਦੀ ਹੁਣ ਉਹਨਾਂ ਸਵਾ ਵਿਸ਼ਵਾਸ ਨਹੀਂ ਹੁਣ ਮਿਸਾਲ ਦੇ ਤੌਰ ਤੇ ਮੈਂ ਡਰਾਈਵਿੰਗ ਨਹੀਂ ਕਰਦਾ ਡਰਾਈਵਿੰਗ ਕਰਨੀ ਚਾਹੁੰਦਾ ਹਾਂ ਮਤਲਬ ਇਹ ਨਹੀਂ ਹੈ ਕਿ ਮੈਂ ਡਰਾਈਵਿੰਗ ਛੱਡ ਦਿੱਤੀ ਹੈ ਨਾ ਮੈਂ ਟੈਂਡੀ ਕਲਾਚ ਹੋ ਗਿਆ ਨਹੀਂ ਟੈਂਡੀ ਇਹਨੂੰ ਟੈਂਡੀ ਕਲਾ ਨਹੀਂ ਕਰਨਾ ਚਾਹੀਦਾ ਇਹ ਯਥਾਰਥ ਹੈ ਯਥਾਰਥ ਨੂੰ ਮੰਨਣਾ ਉਹਦਾ ਸਾਹਮਣਾ ਕਰਨਾ ਵੀ ਚੜ੍ਹਦੀ ਕਲਾ ਹੁੰਦੀ ਹੈ ਚੜ੍ਹਦੀ ਕਲਾ ਦੀ ਮੈਨੇ ਲੋੜ ਸੀ ਚੜ੍ਹਦੀ ਕਲਾ ਜਿਹੜੇ ਹੈਗੇ ਮੈਂ ਲੋਕਾਂ ਨੂੰ ਉਸ ਅਵਸਥਾ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ ਸੀਗਾ ਕਿ ਜੇ ਬੰਦੇ ਨੂੰ ਰੱਬ ਮਿਲ ਪਵੇ ਉਹ ਰੱਬ ਨਾਲ ਵੀ ਮੁਸਕਰਾ ਕੇ ਹੱਥ ਮਿਲਾ ਸਕੇ ਹਾਂ ਰੱਬ ਦੇ ਪੈਰੀਂ ਹੱਥ ਨਾਲ ਲਾਵੇ ਉਹ ਨਾਲ ਹੱਥ ਮਿਲਾਵੇ ਕਹਿਣ ਤਾਂ ਪਾਵੇਗਾ ਕਿ ਚੜ੍ਹਦੀ ਕਲਾ ਦੇ ਬੜੇ ਰੂਪ ਹੈਗੇ ਆ ਇਹ ਟੈਨੇਕ ਕਲਾ ਨਹੀਂ ਇਹਨੂੰ ਕਹਿਣਾ ਚਾਹੀਦਾ ਮਤਲਬ ਕਿ ਇਹਦਾ ਮਤਲਬ ਕਿ ਜਿਹੜੇ ਉਹ ਹੈਗੇ ਆ ਉਹ ਇਹੋ ਜਿਹੀ ਬਾਤ ਸੁਣਨਾ ਚਾਹੁੰਦੇ ਆ ਵੀ ਜਿਨ੍ਹਾਂ ਦੇ ਵਿੱਚ ਜੋਸ਼ ਹੋਵੇ ਹੋਸ਼ ਵੀ ਹੋਣ ਚਾਹੀਦੇ ਆ ਇੱਕ ਪ੍ਰੈਗਮੈਟਿਜ਼ਮ ਹੁੰਦਾ ਇੱਕ ਹੁੰਦਾ ਰੀਅਲਿਜ਼ਮ ਇੱਕ ਹੁੰਦਾ ਆਈਡੀਅਲਿਜ਼ਮ ਇੱਕ ਪ੍ਰੈਗਮੈਟਿਜ਼ਮ ਹੁੰਦਾ ਪ੍ਰੈਗਮੈਟਿਕ ਹੋਣਾ ਚਾਹੀਦਾ ਮੈਨੂੰ ਪਤਾ ਹੈ ਕਿ ਮੇਰੇ ਸਰੀਰ ਦੇ ਵਿੱਚ ਹੁਣ ਉਹ ਤਾਕਤ ਨਹੀਂ ਹੈ ਜਿਹੜੀ ਅੱਜ ਤੋਂ 20 ਸਾਲ ਪਹਿਲਾਂ ਸੀ ਸੋ ਇਸ ਨੂੰ ਮੰਨਣਾ ਪੈਂਦੀ ਕਲਾ ਨਹੀਂ ਹੈ ਜਿੰਦਗੀ ਦੀ ਥਕਾਵਟ ਹੁੰਦੀ ਹੈ ਮੈਂ ਕਿਹਾ ਜਿੰਦਗੀ ਦੀ ਥਕਾਵਟ ਹੁੰਦੀ ਹੈ ਤੇ ਮੈਂ ਥੱਕਣ ਲੱਗ ਪਿਆ ਹੁਣ ਮੈਂ ਕਈ ਸਮਾਗਮਾਂ ਤੇ ਇਸ ਕਰਕੇ ਨਹੀਂ ਜਾਂਦਾ ਜਾਂ ਦੂਜੇ ਸ਼ਹਿਰਾਂ ਵਿੱਚ ਇਸ ਕਰਕੇ ਨਹੀਂ ਜਾਂਦਾ ਕਿ ਮੈਨੂੰ ਆਰਾਮ ਦੀ ਲੋੜ ਪੈਂਦੀ ਹੈ 3-4 ਘੰਟੇ ਬਾਅਦ ਉੱਥੇ 3-4 ਘੰਟੇ ਬਾਅਦ ਆਰਾਮ ਦੀ ਥਾਂ ਨਹੀਂ ਹੁੰਦੀ ਇਸ ਕਰਕੇ ਮੈਂ ਉੱਥੇ ਜਾਂਦਾ ਹੀ ਨਹੀਂ ਕਿਉਂਕਿ ਮੈਂ ਉੱਥੇ ਜਿਸ ਕੰਮ ਵਾਸਤੇ ਜਾਵਾਂਗਾ ਉਹ ਕਰ ਨਹੀਂ ਸਕਾਂਗਾ ਕਿਉਂਕਿ ਮੇਰੇ ਉੱਥੇ ਹਾਲਾਤ ਨਹੀਂ ਹਨ ਜਿਨ੍ਹਾਂ ਦੇ ਵਿੱਚ ਮੈਂ ਉੱਥੇ ਵਿਚਰ ਸਕਾਂ ਸੋ ਇਹ ਇਹ ਨਹੀਂ ਹੈ ਕਿ ਮੈਂ ਕੀ ਕਹਿੰਨਾ ਪੇਠੇ ਤੋਂ ਖੋਣ ਲੱਗ ਪਿਆ ਨਹੀਂ ਮਤਲਬ ਪ੍ਰੈਗਮੈਟਿਕ ਹੋਣਾ ਜਿਹੜਾ ਹੈ ਉਹ ਸਿਚੁਏਸ਼ਨ ਦੇ ਅਨੁਸਾਰ ਬਦਲਣਾ ਜਿਹੜਾ ਹੈ ਬੜਾ ਜ਼ਰੂਰੀ ਹੈਗਾ ਹੁਣ ਮੇਰੀ ਵਾਈਫ ਜਿਹੜੀ ਹੈ ਬਿਮਾਰ ਹੈ ਮਿਸਾਲ ਦੇ ਸਵਰਤੇ ਮੈਂ ਰਿਐਲਿਟੀ ਜਾਣਦਾ ਕਿ ਵਾਪਰੇਗਾ ਮੈਂ ਆਪਣੇ ਬਾਰੇ ਵੀ ਜਾਣਦਾ ਕਿ ਵਾਪਰੇਗਾ ਸੋ ਇਹਨੂੰ ਟੈਂਦੀ ਕਲਾ ਨਹੀਂ ਕਹਿਣਾ ਚਾਹੀਦਾ ਮੈਂ ਇਸ ਗੱਲ ਦੀ ਮਾਫੀ ਮੰਗੂਗਾ ਜੇਕਰ ਮੈਂ ਇਹ ਇਮਪ੍ਰੈਸ਼ਨ ਦਿੱਤਾ ਪਰੰਤੂ ਮੈਂ ਦਮਗਾ ਜੇ ਵੀ ਨਹੀਂ ਮਾਰਨਾ ਚਾਹੁੰਦਾ ਹਾਂ ਹਾਂ ਸੋ ਸੋ ਜਲਦੀ ਕਲਾ ਦੇ ਵਿੱਚ ਜੀਵੇ ਹਾਂ ਅਸੀਂ ਉਹੀ ਗੁਰੂ ਗੋਬਿੰਦ ਸਿੰਘ ਜਿਹੜਾ ਦੇਸ਼ ਵਾਬਰ ਮਹੇ ਆ ਸ਼ੁਭ ਕਰਮਨ ਤੇ ਕਾ ਭੋਨਾ ਡਰੂ ਤੇ ਉਹੀ ਗੁਰੂ ਗੋਬਿੰਦ ਸਿੰਘ ਜਿਹੜਾ ਹੈ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਉਹ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਇਹ ਟੈਂਦੀ ਕਲਾ ਨਹੀਂ ਹੈ ਇਹ ਮਨ ਦੀ ਅਵਸਥਾ ਹੈ ਬਿਲਕੁਲ ਗੁਰੂ ਗੋਬਿੰਦ ਸਿੰਘ ਦੇ ਮਨ ਦੀ ਅਵਸਥਾ ਹੈ ਸੋ ਕਹਿਣ ਤਾਂ ਪਾਵੇ ਇਹ ਮਨ ਦੀਆਂ ਅਵਸਥਾਵਾਂ ਇਹਨਾਂ ਨੂੰ ਮਨ ਦੀਆਂ ਅਵਸਥਾਵਾਂ ਦੇ ਤੌਰ ਤੇ ਹੀ ਸਮਝਣ ਦੀ ਲੋੜ ਹੈ ਬਿਲਕੁਲ ਮੈਨੂੰ ਲੱਗਦਾ ਵੀ ਸ਼ਾਇਦ ਪਾਠਕ ਤੁਹਾਨੂੰ ਤੁਹਾਡੇ ਕਿਤਾਬਾਂ ਪੜ੍ਹ ਕੇ ਇੰਨੇ ਜ਼ਿਆਦਾ ਮੋਟੀਵੇਟ ਫੀਲ ਕਰਦੇ ਨੇ ਕਿ ਜਦੋਂ ਇਹ ਚੀਜ਼ ਉਹਨਾਂ ਨੂੰ ਲੱਗੀ ਕਿ ਹਾਂ ਤੁਸੀਂ ਵੀ ਹੁਣ ਇੱਕ ਹੀ ਵਕਤ ਨੂੰ ਇਸ ਤਰੀਕੇ ਨਾਲ ਸੋਚਦੇ ਹੋ ਨਹੀਂ ਮੈਂ ਮਿੱਠ ਕੇ ਲਿਖਣਾ ਸ਼ੁਰੂ ਕੀਤਾ ਸੀ ਕਿ ਮੈਂ ਚੜ੍ਹਦੀ ਕਲਾ ਵਾਲੀ ਭਾਵਨਾ ਨਾਲ ਲਿਖਾਂਗਾ ਮੋਟੀਵੇਟ ਕਰਨ ਵਾਲਾ ਕਿਉਂਕਿ ਮੈਨੂੰ ਆਪ ਮੋਡਿਊਲੇਸ਼ਨ ਦੀ ਲੋੜ ਸੀ ਹਾਂਜੀ ਉਸ ਲੋੜ ਕਾਰਨ ਜਿਹੜਾ ਸੀ ਉਹ ਮੈਂ ਇਹ ਲਿਖਦਾ ਰਿਹਾ ਤਾਂ ਕਿ ਜੇ ਜਿਹੜੀਆਂ ਚੀਜ਼ਾਂ ਮੈਨੂੰ ਪ੍ਰਭਾਵਿਤ ਕਰਦੀਆਂ ਨੇ ਆ ਮੈਂ ਇਹ ਮੰਨ ਕੇ ਲਿਖਦਾ ਰਿਹਾ ਕਿ ਇਹ ਹੋਰਾਂ ਨੂੰ ਵੀ ਪ੍ਰਭਾਵਿਤ ਕਰਨ ਲਈ ਹੈ ਕਈ ਵਾਰ ਇਹ ਹਲਾ ਸ਼ਰੀਰ ਦੇਣ ਦੀ ਲੋੜ ਹੁੰਦੀ ਹੁੰਦੀ ਹੈ ਕਈ ਇੱਕ ਜਹਾਜ਼ ਸੀ ਡੁੱਬ ਰਿਹਾ ਸੀ ਡੁੱਬ ਰਿਹਾ ਸੀ ਤੇ ਕਪਤਾਨ ਜਿਹੜਾ ਸੀਗਾ ਉਸ ਦੇ ਕੋਲ ਬਿਸਕੁਟਾਂ ਦਾ ਇੱਕ ਪੈਕਟ ਸੀ ਹਾਂ ਤੇ ਅਮਲੇ ਦੇ 8-10 ਬੰਦੇ ਸੀ ਉਹਨੇ ਸਾਰਿਆਂ ਨੂੰ ਇੱਕ-ਇੱਕ ਬਿਸਕੁਟ ਦਿੱਤਾ ਰੱਜਿਆ ਤਾਂ ਕੋਈ ਨਹੀਂ ਪਰੰਤੂ ਇੱਕ-ਇੱਕ ਬਿਸਕੁਟ ਦੇਣ ਦੇ ਨਾਲ ਉਹ ਸਾਰੇ ਜਿਹੜੇ ਸੀਗੇ ਉਹਨਾਂ ਨੇ ਆਪਣੇ ਆਪ ਨੂੰ ਕਪਤਾਨ ਦੇ ਬਰਾਬਰ ਸਮਝ ਕੇ ਕਪਤਾਨ ਦੇ ਬਰਾਬਰ ਹੋ ਕੇ ਉਹਦਾ ਸਹਿਯੋਗ ਦਿੱਤਾ ਹੂੰ ਸੋ ਇਹ ਜੈਸਚਰਸ ਹੁੰਦੇ ਹੈਗੇ ਜੋ ਤੁਸੀਂ ਕਰਦੇ ਹੋ ਉਹ ਸਿਕੰਦਰ ਜਿਹੜਾ ਸੀ ਇੱਕ ਵਾਰੀ ਪਾਣੀ ਦਾ ਪਿਆਸ ਤੋਂ ਬਹੁਤ ਪਰੇਸ਼ਾਨ ਸੀ ਪਾਣੀ ਲੈ ਕੇ ਆਏ ਤੇ ਪਾਣੀ ਲੈ ਕੇ ਆਏ ਜਦੋਂ ਉਹ ਫੌਜੀ ਜਿਹੜੇ ਸੀਗੇ ਉਹਨਾਂ ਨੇ ਸਭ ਤੋਂ ਪਹਿਲਾਂ ਸਕੰਦਰ ਨੂੰ ਦਿੱਤਾ ਉਹਨੇ ਕਿਹਾ ਨਹੀਂ ਪਹਿਲਾਂ ਹੋਰਾਂ ਨੂੰ ਦਿਓ ਮੈਂ ਬਾਅਦ ਚ ਪੀਆਗਾ ਮਤਲਬ ਉਸੇ ਇਹ ਗੱਲ ਕਹਿਣ ਨਾਲ ਉਹਦੀ ਫੌਜ ਜਿਹੜੀ ਸੀ ਉਹ ਮੋਟੀਵੇਟ ਹੋ ਜਾਂਦੀ ਸੀ ਸੋ ਇਹ ਟੰਗ ਹੁੰਦੇ ਹੈਗੇ ਆ ਸੋ ਤੇਨਹੀਂ ਕਲਾਵਾ ਚ ਮੇਰੀ ਵਿਸ਼ਵਾਸ ਨਹੀਂ ਹੈ ਜ਼ਿੰਦਗੀ ਜਿਹੜੀ ਆ ਉਹ ਜੀਉਣ ਵਾਸਤੇ ਜ਼ਿੰਦਗੀ ਵਰਦਾਨ ਹੈ ਮਤਲਬ ਪਰਮਾਤਮਾ ਵੱਲੋਂ ਮਿਲਿਆ ਹੋਇਆ ਇਹ ਇੱਕ ਬlesing ਹੈਗੀ ਆ ਇਸ ਨੂੰ ਮਾਣੋ